ਘਟ ਘਟ ਨਾਥ ਅਨਾਥ ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਅਗੰਮ ਅਗੁਜਰ ਸੱਚ ਸਾਹਿਬ ਮੇਰਾ ਸੱਚ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਸਾਹਿਬ ਮੇਰਾ ਨਾਨਕ ਬੋਲੇ ਬੁਲਾਇਆ ਤੇਰਾ ਨਾਨਕ ਬੋਲੇ ਆ ਤੇਰਾ ਸ਼ਬਦ ਸਦਾ ਬਸੰਤ ਹੈ ਸ਼ਬਦ ਸਦਾ ਬਸੰਤ ਹੈ ਜਿਤ ਤਨ ਮਨ ਹਰਿਆ ਹੋਏ ਜਿਤ ਤਨ ਮਨ ਹਰਿਆ ਹੋਏ ਨਾਨਕ ਨਾਮ ਨਾ ਵਿਸਰੈ ਜਿਤ ਸਿਰਿਆ ਸਭ ਕੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣਾ ਨਾਮ ਜਪਾਵੋ ਆਪਣਾ ਨਾਮ ਜਪਾਵੋ ਆਪਣਾ ਖੈਰ ਦੀਜੈ ਬੰਦਗੀ ਖੈਰ ਦੀਜੈ ਬੰਦਗੀ ਖੈਰ ਬੇਨਤੀ ਕਰਨ ਜਨ ਆਇਓ ਬੇਨਤੀ ਕਰਨ ਜਨ ਆਇਓ ਬੇਨਤੀ ਖੈਰ ਦੀਜੈ ਬੰਦਗੀ ਖੈਰ ਦੀਜੈ ਬੰਦਗੀ ਖੈਰ ਆਪਣਾ ਨਾਮ ਜਪਾਵੋ ਆਪਣਾ ਨਾਮ ਜਪਾਵੋ ਆਪਣਾ ਗੁਰੂ ਦਰਬਾਰ ਜਾਣ ਕੇ ਸਾਹਿਬ ਜੀ ਮੈਨੂੰ ਅੱਜ ਪਤਾ ਲੱਗਾ ਮੰਗੀ ਦਾ ਕੀ ਹੈ ਆਖੋ ਵਾਹਿਗੁਰੂ ਮੰਗੀ ਦਾ ਕੀ ਆ ਬੜਾ ਚਿਰ ਮੈਂ ਆਇਆ ਪੁੱਤ ਮੰਗੇ ਧੀਆਂ ਮੰਗੀਆਂ ਕਾਰੋਬਾਰ ਮੰਗੇ ਸੁਣ ਰਹੇ ਹੋ ਜੀ ਗੁਰੂ ਕੇ ਸਿੱਖੋ ਬੜਾ ਚਿਰ ਆਉਂਦਾ ਰਿਹਾ ਪੁੱਤ ਮੰਗੇ ਧੀਆਂ ਮੰਗੀਆਂ ਕਾਰੋਬਾਰ ਮੰਗੇ ਆਈ ਤੇਰੀ ਕਿਰਪਾ ਨਾਲ ਅੱਖ ਖੁੱਲ੍ਹੀ ਆਖੋ ਵਾਹਿਗੁਰੂ ਵੀ ਜਿਹੜੇ ਜਿਹੜੇ ਬੇਟਾ ਕਿੱਧਰ ਵੇਨਾ ਤੇਰੇ ਵਰਗੀ ਵੀ ਰੂਹ ਜਿਨ੍ਹਾਂ ਨੂੰ ਹੁਣ ਤੋਂ ਇਸ ਉਮਰ 'ਚ ਰੰਗ ਲੱਗਾ ਹੈ ਇਹਨਾਂ ਤੋਂ ਬਿਨਾਂ ਕੁਛ ਨਹੀਂ ਮਿਲਣਾ ਅੰਦਰ ਨੂੰ ਟਿਕਾਉਣਾ ਪੈਣਾ ਇਹਨੂੰ ਕਹੋ ਸਿੱਧਾ ਹੋ ਕੇ ਬਹਿਵੇ ਤਾਂ ਲੋਕੀ
ਬਾਬੇ ਨਾਨਕ ਦਾ ਦਰ ਛੱਡ ਕੇ ਧੱਕੇ ਖਾਂਦੇ ਫਿਰਦੇ ਨੇ ਬਾਹਰ ਲੋਕਾਂ ਕੋਲ। ਕਸੂਰ ਇਹਦਾ ਦੇਣ ਵਾਲੇ ਦਾ ਨਹੀਂ, ਆਖੋ ਵਾਹਿਗੁਰੂ। ਜੇ ਨਹੀਂ ਮਿਲਿਆ ਤਾਂ ਕਸੂਰ ਲੈਣ ਵਾਲੇ ਦਾ ਹੈ। ਇੱਧਰ ਵੇਖ ਭੈਣ, ਉਹ ਮੇਰੀ ਧੀ ਹੈ, ਟੇਕੇ ਸੁਣੋ ਕੀ ਕਹਿ ਰਿਹਾ ਸਪਨਾ ਮੈਂ। ਹਾਂਜੀ, ਮੈਂ ਕਹਿ ਰਿਹਾ ਸਾਂ ਕਸੂਰ ਦੇਣ ਵਾਲੇ ਦਾ ਨਹੀਂ, ਲੈਣ ਵਾਲੇ ਦਾ ਹੈ। ਤੁਸੀਂ ਤਾਂ ਮੈਂ ਲਿਸਟ ਹੀ ਗਲਤ ਰੱਖੀ। ਕੀ ਕਹਿੰਦੇ ਕਰੋ ਜੀ, ਕਰੋ ਗੁਰੂ ਪਿਆਰਾ, ਸੋਹਣਾ ਸਪੀਕਰ ਆ, ਰਵਾਜ਼ ਕਰੋ ਸਿੱਧੀ। ਆਖੋ ਵਾਹਿਗੁਰੂ, ਖੁੱਲ੍ਹ ਕੇ ਬੋਲੋ, ਕਰਵਾ ਲਾ ਕੋਈ ਹੈਲਪ ਜੋ ਹੋ ਸਕਦੀ ਹੋਊਗੀ ਹੋਊਗੀ। ਤੁਸੀਂ ਨਾ ਚਰਚਾ 'ਚ ਪੈਣਾ, ਤੁਸੀਂ ਵਾਹਿਗੁਰੂ 'ਤੇ ਟਿੱਕੇ ਰਹੋ, ਹੋਊਗੀ, ਗੁਰੂ ਕਿਰਪਾ ਕਰੂਗਾ। ਆਪਾਂ ਮਿਸਤਰੀ ਨੂੰ ਕੋਈ ਕਹੀਏ ਜਿਹੜਾ ਵਿੱਚ ਬੈਠਾ, ਮਿਸਤਰੀਆਂ ਦਾ ਮਿਸਤਰੀ ਉਹਨੂੰ ਕਹੋ ਨਾ, ਆਖੋ ਵਾਹਿਗੁਰੂ। ਸਾਹਿਬ ਜੀ, ਮੈਂ ਲੈਣ ਤਾਂ ਆਨੰਦ ਆਇਆ ਤੇਰੇ ਕੋਲੋਂ, ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ 'ਤੇ ਜਾਣਿਆ ਪਤਾ ਲੱਗਾ ਵੀ ਆਨੰਦ ਦਾ ਤਾਂ ਪਤਾ ਹੀ ਤੈਨੂੰ ਆ, ਹੋਰ ਤਾਂ ਕਿਸੇ ਨੂੰ ਆਨੰਦ ਦਾ ਪਤਾ ਹੀ ਨਹੀਂ। ਅਤੇ ਤੇਰੇ ਘਰ ਆਣ ਕੇ ਆਨੰਦ ਨਾ ਆਇਆ ਤਾਂ ਕਿੱਥੇ ਆਓ। ਉਹਨੂੰ ਕਹੋ ਸਪੀਕਰ ਠੀਕ ਕਰ ਲੈ, ਆਪੇ ਹੀ ਵਿੱਚ ਵਰਤ ਜੂ, ਆਪੇ ਹੀ ਹੱਥ ਕਮਾ ਲੂ। ਪਤਾ ਲੱਗ ਹੁਣ ਆਉਣ ਡੀ ਆਵਾਜ਼, ਆਵਾਜ਼ ਆਉਣ ਲੱਗ ਪਈ ਜੀ ਖੰਡੇ ਵਾਲੇ ਵੀਰ ਜੀ, ਆਖੋ ਵਾਹਿਗੁਰੂ। ਸਾਹਿਬ ਜੀ, ਮੈਨੂੰ ਪਤਾ ਨਹੀਂ ਸੀ ਵੀ ਇੱਥੋਂ ਆਣ ਕੇ ਮੰਗੀ ਦਾ ਕੀ ਆ। ਮੈਂ ਆਪਣੇ ਭਰਾ ਫਰੀਦ ਨੂੰ ਅੱਜ ਪੜ੍ਹਿਆ, ਆਖੋ ਵਾਹਿਗੁਰੂ। ਕਿਹਨੂੰ ਕਿਹਨੂੰ ਹੋਰ ਸ਼ਬਦ ਵਰਤਿਆ, ਭਰਾ ਨੂੰ, ਭਰਾ ਨੂੰ। ਮੇਰਾ ਭਰਾ ਹੈ ਬਾਬਾ ਫਰੀਦ, ਗੁਰੂ ਨਹੀਂ, ਕਬੀਰ ਮੇਰਾ। ਠੀਕ ਹੋ ਗਈ ਸੀ ਭਾਈ ਜੀ, ਹੁਣ ਆਵਾਜ਼ ਜਾਣ ਲੱਗ ਪਈ ਸਾਰਿਆਂ ਨੂੰ। ਟਿਕਾ ਦਿਓ, ਇੱਥੇ ਹੀ ਟਿਕਾ ਦਿਓ, ਆਖੋ ਵਾਹਿਗੁਰੂ। ਮੈਂ ਬਾਬੇ ਕਬੀਰ ਨੂੰ ਪੜ੍ਹਿਆ, ਕਬੀਰ ਵੀ ਤਾਂ ਤੇਰਾ ਨਾਮ ਹੀ ਮੰਗਦਾ ਸੀ। ਕਬੀਰ ਨੇ ਤਾਂ ਕਦੀ ਨਹੀਂ ਕਿਹਾ ਮੈਨੂੰ ਕਾਰੋਬਾਰ ਚਾਹੀਦੇ ਨੇ, ਆਖੋ ਵਾਹਿਗੁਰੂ। ਕਬੀਰ ਨੇ ਕਦੀ ਨਹੀਂ ਕਿਹਾ ਮੈਨੂੰ, ਮਗਰ ਪਾਸ ਪਾਸ ਤਾਂ ਕਬੀਰ ਹੀ ਹੋਇਆ, ਆਖੋ ਵਾਹਿਗੁਰੂ। ਧੰਨਾ ਤੇਰੇ ਦਰ 'ਤੇ ਪ੍ਰਵਾਨ ਹੋਇਆ, ਨਾਮਦੇਵ ਤੇਰੇ ਦਰ 'ਤੇ ਪ੍ਰਵਾਨ ਹੋਇਆ। ਬੋਲੋ, ਨਾਮਦੇਵ ਤੇਰੇ ਦਰ 'ਤੇ, ਰਵਿਦਾਸ ਸਾਹਿਬ ਤੇਰੇ ਦਰ 'ਤੇ। ਮਗਰ ਇਹਨਾਂ ਨੇ ਤਾਂ ਕਦੀ ਫੈਕਟਰੀਆਂ ਨਹੀਂ ਮੰਗੀਆਂ, ਇਹਨਾਂ ਨੇ ਤਾਂ ਕਦੀ ਕੋਈ ਲਿਸਟ ਨਹੀਂ ਵੇਖੀ। ਮੈਂ ਸਾਰੀ ਬਾਣੀ ਪੜ੍ਹ ਕੇ ਰਵਿਦਾਸ ਜੀ ਦੀ ਵੇਖੀ। ਸਾਹਿਬ ਜੀ, ਆਹ ਮੇਰੀਆਂ ਧੀਆਂ ਕਹੋ, ਵੀਰ ਕਹੋ, ਜਿਨ੍ਹਾਂ ਨੇ ਬਾਣੀ ਪੜ੍ਹੀ, ਆਖੋ ਵਾਹਿਗੁਰੂ। ਮੈਂ ਸਾਰੀ ਬਾਣੀ ਪੜ੍ਹ ਕੇ ਵੇਖੀ, ਇੱਕ ਵੀ ਸ਼ਬਦ ਮੈਨੂੰ ਇਸ ਤਰ੍ਹਾਂ ਦਾ ਨਹੀਂ ਮਿਲਿਆ ਜਿੱਥੇ ਰਵਿਦਾਸ ਨੇ ਪੁੱਤ ਮੰਗਿਆ ਹੋਵੇ, ਆਖੋ ਵਾਹਿਗੁਰੂ। ਮੇਰੀ ਲਿਸਟ ਵਿੱਚ ਪੁੱਤ, ਧੀਆਂ, ਪਰਿਵਾਰ ਸਭ ਕੁਝ ਭਰਿਆ ਪਿਆ ਹੈ। ਵਾਹਿਗੁਰੂ, ਵਾਹਿਗੁਰੂ, ਤੂੰ ਕਿਰਪਾ ਕਰ ਮੇਰੇ ਉੱਤੇ, ਦਇਆ ਕਰ, ਬਖਸ਼ਿਸ਼ ਕਰ। ਫਿਰ ਮੈਂ ਪੰਜਵੇਂ ਸਤਿਗੁਰੂ ਨੂੰ ਪੜ੍ਹਿਆ, ਵਾਹਿਗੁਰੂ, 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 ਵਾਹਿਗੁਰੂ।
ਪਹਿਲੇ ਸਤਿਗੁਰੂ ਤੋਂ ਲੈ ਕੇ ਪਹਿਲੇ ਸਾਹਿਬ ਤੋਂ ਲੈ ਕੇ ਕੋਈ ਗੱਲ ਨਹੀਂ, ਬਠਿੰਡਾ ਹੈ, ਦਇਆ ਹੋ ਜੂਗੀ। ਕੀ ਕਿਹਾ? ਬਠਿੰਡਾ ਹੈ, ਦਇਆ ਹੋ ਜੂਗੀ। ਆਪ ਆਏ ਨਾ ਸਾਹਿਬ ਇੱਥੇ, ਆਏ ਕਿ ਨਹੀਂ? ਕਿਹੜੇ ਗੁਰੂ? ਹਾਂ, ਕੋਈ ਗੱਲ ਨਹੀਂ, ਕਲਯੁੱਗ ਦਾ ਹੀ ਹੋਰ ਵੀ ਬੜਾ ਹੈ। ਹਾਜ਼ਰ ਰਹੋ ਗੁਰੂ ਕੇ ਸਿੱਖੋ। ਜਿਸ ਕਲਯੁੱਗ ਵਿੱਚ ਤੁਸੀਂ ਅਤੇ ਮੈਂ ਗੁਰੂ ਦੀ ਗੱਲ ਕਰਨੀ ਚਾਹੁੰਦੇ ਹਾਂ, ਕਲਯੁੱਗ ਦਾ ਇੰਨਾ ਪ੍ਰਕੋਪ ਹੈ ਅਤੇ ਪਖੰਡੀਆਂ ਦੇ ਵੱਧ ਤੋਂ ਵੱਧ ਸੋਹਣੇ ਸਪੀਕਰ ਲੱਗਦੇ, ਇੱਥੇ ਪਖੰਡ ਕਰਨ ਵਾਲਿਆਂ ਨੂੰ ਵੱਧ ਤੋਂ ਵੱਧ ਸਿਸਟਮ ਮਿਲਦਾ ਹੈ ਸੱਚ ਕਹਿਣ 'ਤੇ, ਉਹਦਾ ਵੀ ਪੂਰਾ ਜ਼ੋਰ ਹੈ। ਮੈਂ ਟਿਕਣ ਨਹੀਂ ਦੇਣਾ। ਬਸ ਠੀਕ ਆ ਜੀ। ਅਖ ਵਾਹਿਗੁਰੂ। ਸਤਿਗੁਰੂ, ਜਿੱਥੇ ਮੈਂ ਰਵਿਦਾਸ ਸਾਹਿਬ ਨੂੰ ਪੜ੍ਹਿਆ, ਜਿੱਥੇ ਮੈਂ ਫਰੀਦ ਸਾਹਿਬ ਨੂੰ ਪੜ੍ਹਿਆ, ਕਬੀਰ ਨੂੰ ਪੜ੍ਹਿਆ, ਨਾਮਦੇਵ ਨੂੰ ਪੜ੍ਹਿਆ, ਭਗਤ ਬੇਣੀ ਨੂੰ ਪੜ੍ਹਿਆ, ਅਤੇ ਉਹਦੀ ਵੀ ਐਪਲੀਕੇਸ਼ਨ ਇਹ ਸੀ, ਬੇਣੀ ਜਾਂਚੇ ਤੇਰਾ ਨਾਮ, ਬੇਣੀ ਜਾਂਚੇ। ਫਿਰ ਮੈਂ ਸਤਿਗੁਰੂ ਗੁਰੂ ਨਾਨਕ ਸਾਹਿਬ ਨੂੰ ਪੜ੍ਹਿਆ, ਅਖ ਵਾਹਿਗੁਰੂ, ਗੱਜ ਕੇ ਬੋਲੋ ਨਾ। ਫਿਰ ਮੈਂ ਗੁਰੂ ਨਾਨਕ ਸਾਹਿਬ ਨੂੰ ਪੜ੍ਹਿਆ, ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਬਿਕਾਰੀ, ਮੈਂ ਕਿਆ ਮੰਗੂ ਕਿਛ ਥਿਰ ਨਾ ਰਹਾਈ, ਹਰ ਦੀਜੈ ਨਾਮ ਪਿਆਰੀ ਜੀਓ। ਸਤਿਗੁਰੂ, ਉਹਨਾਂ ਵੀ ਨਾਮ ਮੰਗਿਆ, ਦੂਸਰੇ ਨੂੰ ਪੜ੍ਹਿਆ, ਉਹਨਾਂ ਵੀ ਕਿਹਾ ਜਿੰਨੀ ਨਾਮ 'ਤੇ ਆਇਆ ਗੈ ਮਸ਼ਕਤ ਕਾ, ਨਾਨਕ ਤੇ ਮੁਖ ਉਜਲੇ, ਹੋਰ ਕੇਤੀ ਛੁੱਟੀ, ਹੋਰ ਕੇਤੀ ਛੁੱਟੀ ਨਾ। ਸਤਿਗੁਰੂ, ਮੈਂ ਤੀਸਰੇ ਨੂੰ ਪੜ੍ਹਿਆ, ਅਖ ਵਾਹਿਗੁਰੂ। ਗਰੀਬ ਨਿਵਾਜ, ਮੈਂ ਤੀਸਰੇ ਜਾਮੇ 'ਚ ਤੁਹਾਨੂੰ ਵੇਖਿਆ ਅਤੇ ਤੁਸੀਂ ਉੱਥੇ ਵੀ ਝੋਲੀ ਅੱਡ ਕੇ ਕਿਹਾ, ਤੂੰ ਪ੍ਰਭ ਦਾਤਾ ਹਮ ਭੀਖਕ ਭਿਖਾਰੀ ਤੇਰੇ, ਤੂੰ ਨਿਜ ਬਸ ਹੈ ਦਾਤਾ, ਹੋ ਦਿਆਲ ਨਾਮ ਦਿਓ ਮੰਗਤ ਜਨ ਕੋ, ਸਦਾ ਰਹੂੰ ਰੰਗ ਰਾਤਾ। ਚੌਥੇ 'ਚ ਤੁਸੀਂ ਕਿਹਾ ਜਪ ਮਨ ਸਤਨਾਮ ਸਦਾ ਸਤ। ਪੰਜਵੇਂ 'ਚ ਤੁਸੀਂ ਕਿਹਾ ਗਰੀਬ ਨਿਵਾਜ ਜੀ, ਵਿਸਰ ਨਹੀਂ ਦਤਾਰ, ਗੁਣ ਗਾਵਾਂ ਦਿਨ ਰਾਤ, ਨਾਨਕ ਜਾਵੇ। ਅਤੇ ਫਿਰ ਅੱਜ ਮੈਂ ਵੀ ਆਪ ਜੀ ਦੇ ਚਰਨਾਂ 'ਚ ਆਣ ਕੇ, ਸ੍ਰਿਸ਼ਟੀ ਦੇ ਮਾਲਕ ਗੁਰੂ ਗ੍ਰੰਥ ਸਾਹਿਬ ਜੀ ਚੌਧਰੀ ਕੀਤੀ, ਐਪਲੀਕੇਸ਼ਨ ਦਿੱਤੀ ਆ, ਆਪਣਾ ਨਾਮ ਜਪਾਓ, ਆਪਣਾ ਨਾਮ ਜਪਾਓ, ਸਮਝ ਲੱਗੀ ਤੁਹਾਡੀ? ਬੋਲੋ ਹਾਂ ਭਲਾ, ਮੈਂ ਕੀ ਕਿਹਾ? ਪਹਿਲੇ ਜਾਮੇ 'ਚ ਤੁਸੀਂ ਕੀ ਮੰਗਿਆ? ਨਾ ਪੁੱਤ, ਹਾਂਜੀ, ਪਹਿਲੇ ਜਾਮੇ 'ਚ ਇੰਨਾ ਕੀ ਸੁਣ ਰਹੇ ਹਾਂ ਆਪਾਂ, ਤੁਸੀਂ ਦੱਸੋ ਭੈਣ ਜੀ। ਹਾਂ, ਕੀ ਮੰਗਿਆ? ਆਪਣਾ ਨਾਮ। ਹਾਂ, ਨਾਮ ਮੰਗਿਆ। ਦੂਸਰੇ 'ਚ ਵੀ ਤੁਸੀਂ, ਤੀਸਰੇ 'ਚ ਵੀ ਤੁਸੀਂ,
ਬਾਬੇ ਫਰੀਦ ਦੀ ਰਸਨਾ 'ਤੇ ਬਹਿ ਕੇ ਵੀ ਤੁਸੀਂ ਨਾਮ ਮੰਗਿਆ, ਕਬੀਰ ਦੀ ਰਸਨਾ 'ਤੇ ਬਹਿ ਕੇ ਵੀ ਤੁਸੀਂ, ਜਿਨ੍ਹਾਂ ਦੇ ਦਰਵਾਜ਼ੇ ਖੁੱਲ੍ਹੇ ਸੀ ਉਹਨਾਂ ਮੰਗਿਆ ਹੀ ਕੇਵਲ ਨਾਮ। ਅੱਜ ਮੈਂ ਤੁਹਾਡੇ ਕੋਲੋਂ ਸਿੱਖਿਆ ਹੈ, ਮੈਂ ਵੀ ਨਹੀਂ ਮੰਗਣਾ ਅੱਜ ਤੋਂ। ਤੁਸੀਂ ਧੀਆਂ ਪੁੱਤਰ ਪਰਿਵਾਰ ਸੁੱਖ ਮੰਗਣੇ ਨਾ ਆਪੇ ਦਿਓ, ਆਖੋ ਵਾਹਿਗੁਰੂ। ਇਹ ਕਿਹਾ ਇਹ ਜਿਹੜਾ ਜਿਹੜਾ ਇੱਥੇ ਆਊਗਾ ਉਹਦੀਆਂ ਝੋਲੀਆਂ ਆਪੇ ਭਰੂ, ਆਪੇ ਭਰੂਗਾ, ਦਿੰਦਾ ਹੈ, ਆਖੋ ਵਾਹਿਗੁਰੂ। ਜਦੋਂ ਤੁਸੀਂ ਆਣ ਕੇ ਕਹਿਤਾ ਮੈਂ ਭਿਖਾਰੀ ਹਾਂ ਅਤੇ ਖੈਰ ਪਾਊਗਾ, ਵਾਹਿਗੁਰੂ 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 ਜੁੜ ਕੇ ਜੁੜ ਕੇ ਸੁਣਿਆ।
ਮਨ ਸੁੱਤਾ ਕਿਤਨਾ ਜਾਗਾ ਸਤਸੰਗ ਜਾਣ ਕੇ, ਹੋਰ ਕੋਈ ਤਰੀਕਾ ਨਹੀਂ। ਕਰੋੜਾਂ ਸਾਲ ਇਹਨੂੰ ਤੁਸੀਂ ਲਾਰਮ ਲਾ ਦਿਓ, ਸਰੀਰ ਜਾਗ ਉੱਠੂਗਾ, ਸਰੀਰ ਜਾਗ ਉੱਠੂਗਾ, ਮਨ ਨਹੀਂ। ਮਨ ਐਸੀ ਗਹਿਰੀ ਨੀਂਦ ਵਿੱਚ ਸੁੱਤਾ ਹੈ। ਅੱਗੋ ਵਾਹਿਗੁਰੂ, ਲਾਰਮ ਦੀ ਤਾਂ ਗੱਲ ਹੀ ਛੱਡੋ, ਇਹਦੇ ਕੰਨਾਂ 'ਚ ਢੋਲ ਵੱਜਦੇ ਰਹਿਣਾ ਮੰਨਦਿਆਂ 'ਚ, ਅਤੇ ਮਨ ਸੁੱਤਾ ਜਾਗਦਾ ਨਹੀਂ। ਇੱਕੋ ਹੀ ਤਰੀਕਾ ਅੱਜ ਪੰਜਵੇਂ ਪਾਤਸ਼ਾਹ ਦੱਸ ਗਏ ਨੇ, ਇੱਕੋ ਹੀ ਤਰੀਕਾ ਦੱਸ ਗਏ, ਸਾਧ ਸੰਗ ਮਨ ਸੋਵਤ ਜਾਗੇ। ਬੋਲੋ ਹਾਂ, ਇੱਕ ਤਰੀਕਾ ਹੋਰ ਦੱਸੇ, ਸਿਮਰ 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 ਗੁਰ ਸਿਮਰਨ ਕਰ ਕਰਕੇ, ਗੁਰੂ ਦਾ ਸਿਮਰਨ ਕਰ ਕਰਕੇ ਸੋਇਆ ਮਨ ਜਗਾਈ, ਸੋਇਆ ਜਿੱਦਣ ਮਨ ਜਾਗ ਉੱਠਿਆ, ਅੱਖ ਵਾਹਿਗੁਰੂ, ਸੱਚੀ ਮੁੱਚੀ ਜਪਜੀ ਪੜ੍ਹਨ ਦਾ ਆਨੰਦ ਵੀ ਉਦਣ ਹੀ ਆਉਣਾ ਹੈ। ਅਜੇ ਤਾਂ ਤੁਸੀਂ ਕਰਮ ਕਰ ਰਹੇ ਹੋ, ਜਪਜੀ ਸਾਹਿਬ ਪੜ੍ਹਨਾ ਸਾਡਾ ਇੱਕ ਕਰਮ ਬਣ ਗਿਆ ਹੈ। ਨੰਗ ਹੈ ਸਾਰਾ ਜਪਜੀ ਸਾਹਿਬ ਪੜ੍ਹ ਕੇ। ਇੱਕ ਗੁਰਬਾਣੀ 'ਚ ਭਜਨ ਲਿਖਿਆ, ਸੁਣੋ ਗੁਰੂ ਕੇ ਸਿੱਖੋ, ਮਾਰਗ ਮੋਤੀ ਵੀ ਥਰੇ, ਮਾਰਗ ਮਾਰਗ ਵੀ ਜਿਹੜਾ ਤੇਰੀ ਸੁਰਤ ਦਾ ਰਸਤਾ ਸੀ ਨਾ, ਉਹਦੇ ਵਿੱਚ ਬੜੇ ਮੋਤੀ ਵਿਖਰੇ ਪਏ ਸੀ, ਮੋਤੀ 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 ਬੜੇ ਸੀ। ਵੇਖੇ ਕਦੀ? ਉਹ ਚਸ਼ਮੇ ਵਾਲੇ ਵੀਰ ਜੀ ਨੂੰ ਮੈਂ ਪੁੱਛ ਰਿਹਾ, ਕਦੀ ਵੇਖੇ ਜੇ ਮੋਤੀ? ਇੱਥੇ ਲਿਖਿਆ ਹੈ ਵੀ ਤੇਰੀ ਜ਼ਿੰਦਗੀ ਦੇ ਰਾਹ 'ਚ ਮਾਰਗ ਮੋਤੀ ਵਿਥਰੇ, ਵਿਥਰੇ ਮਣੇ ਖਿਲਰੇ ਪਏ। ਕੋਈ ਚੁਗਿਆ ਹੀ ਕਦੀ? ਜੇ ਚੁਗਿਆ ਤਾਂ ਮੇਰੀ ਇਹ ਧੀ ਇਸ ਦਿਖਾ ਹੱਥ ਤੋਂ ਕੱਢ ਕੇ ਵੀ ਆ ਭਾਈ ਸਾਹਿਬ ਜੀ, ਮੈਂ ਜਪਜੀ ਵਿੱਚੋਂ ਇੱਕ ਮੋਤੀ ਚੁਗਿਆ ਹੈ। ਇੰਨੀ ਕੌਮ ਗਰੀਬ ਨਹੀਂ ਸੀ ਹੋਣੀ, ਇੰਨੀ ਕੌਮ ਕੰਗਾਲ ਨਹੀਂ ਸੀ ਹੋਣੀ ਵੀ ਕਿਸੇ ਸਿਰਸੇ ਵਾਲੇ ਦੇ ਪਿੱਛੇ ਭੱਜ ਜਾਂਦੀ, ਜੇ ਹੱਥ ਵਿੱਚ ਮੋਤੀ ਹੁੰਦੇ ਤੇ। ਆਖੋ ਵਾਹਿਗੁਰੂ, ਗੁਰ ਕਾ ਸ਼ਬਦ ਰਤਨ ਹੈ, ਇਤਨਾ ਲਿਖਿਆ। ਅੱਗੇ ਕੀ? ਹੀਰੇ ਜਿੱਤ, ਜਿਹਦੇ ਕੋਲ ਰਤਨ ਹੋਣ ਅਤੇ ਹੀਰੇ ਹੋਣ ਅਤੇ ਉਹ ਭੱਜਾ ਫਿਰੇ ਕਿਸੇ ਹੋਰ ਪਖੰਡੀ ਕੋਲ। ਆਖੋ ਵਾਹਿਗੁਰੂ, ਇੱਥੋਂ ਪਤਾ ਲੱਗਾ ਧੀਏ ਮੇਰਾ ਤਾਂ ਪੁੱਤ ਤੇਰੇ 'ਚ ਧਿਆਨ ਸੀ, ਵੀ ਤੂੰ ਧਿਆਨ ਨਾਲ ਸੁਣ ਰਹੀ, ਬੱਚਾ ਤੇਰੇ ਨਾਲ, ਬੱਚਾ ਨਾਲ ਕੋਈ? ਅੱਛਾ, ਮਾਰਗ ਮੋਤੀ ਵਿਥਰੇ, ਰਾਹ ਦੇ ਵਿੱਚ ਮੋਤੀ ਵਿਥਰੇ ਪਏ ਸੀ, ਅਤੇ ਬਦਕਿਸਮਤੀ ਜਿਹੜਾ ਉਸ ਰਾਹ ਤੋਂ ਦੀ ਲੰਘਿਆ ਉਹ ਅੰਨਾ ਸੀ, ਗਿਆਨ ਦੀਆਂ ਅੱਖਾਂ ਨਹੀਂ ਸੀ। ਸੱਚਮੁੱਚ ਗਿਆਨਵਾਨ ਇੱਕ ਵਾਰ ਜਪਜੀ ਸਾਹਿਬ ਪੜ੍ਹ ਲਏ, ਆਖੋ ਵਾਹਿਗੁਰੂ, ਜਿਉਂਦਾ ਹੀ ਮੁਕਤ ਹੋ ਜਾਏ। ਇੱਕ ਵਾਰ ਜਪਜੀ ਸਾਹਿਬ ਗਿਆਨ ਦੇ ਨੇਤਰਾਂ ਨਾਲ ਪੜ੍ਹ ਲਿਆ, ਜਿਉਂਦਾ ਹੀ ਮੁਕਤ ਹੋ ਜਾਏ, ਜਿਉਂਦਾ ਹੀ। ਅਤੇ ਤੁਸਾਂ ਤਾਂ ਵੀਰ ਜੀ ਇਕੱਤੀ ਇਕੱਤੀ ਜਪਜੀ ਸਾਹਿਬ ਦੇ ਪਾਠਾਂ ਦੀ ਰੱਟ ਲਾਈ, ਆਖੋ ਵਾਹਿਗੁਰੂ, ਕੀ ਲਾਈ? ਬਾਬਾ ਜੀ ਨੇ ਸਾਨੂੰ ਕਿਹਾ ਕਿੰਨੇ ਕਰਨੇ? ਇਕੱਤੀ ਪਾਠ, ਸਾਰਾ ਦਿਨ ਲੱਗਾ ਰਹਿੰਦਾ ਗੁਟਕਾ ਪੜ੍ਹ ਕੇ।
ਕਿਆ ਪੜ੍ਹੀਏ ਕਿਆ ਗੁਣੀਏ, ਬੋਲੋ ਨਾ ਜਰਾ, ਨਹੀਂ ਅੱਗੇ ਬੋਲਣ ਨੂੰ ਨਹੀਂ ਕਿਹਾ, ਉਹ ਪੜ੍ਹੋ ਕਿਆ ਪੜ੍ਹੀਏ ਕਿਆ ਗੁਣੀਏ। ਗੁਣੀਏ ਦਾ ਮਤਲਬ ਪਤਾ ਹੈ, ਗੁੜ ਜਾਣਾ, ਗਿਆਨੀ ਹੋ ਜਾਣਾ। ਜਪਜੀ ਸਾਹਿਬ ਪੜ੍ਹ ਕੇ ਮੈਂ ਵੀ ਗਿਆਨੀ ਬਣਿਆ, ਮੈਂ ਬੜਾ ਉਹਦਾ ਵਿਖਿਆਨ ਕਰ ਲੈਣਾ, ਪਤਾ ਲੱਗਾ ਪੜ੍ਹ ਲੈਣਾ ਅਤੇ ਉਹਨੂੰ ਚੰਗੀ ਤਰ੍ਹਾਂ ਗੁੜ ਲੈਣਾ, ਚਿੱਥ ਲੈਣਾ। ਇਹ ਵੀ ਅਵਸਥਾ ਨਹੀਂ, ਕਮਾਲ ਦੀ ਗੱਲ ਹੈ। ਤੁਸੀਂ ਨੋਟ ਕਰੋ, ਚੰਗੇ ਗੁਰਸਿੱਖ ਬੈਠੇ ਹੋ, ਕਿਆ ਪੜ੍ਹੀਏ ਕਿਆ ਗੁਣੀਏ। ਗੁਣੀਏ ਦੂਸਰੀ ਅਵਸਥਾ ਹੈ, ਪੜ੍ਹਨ ਤੋਂ ਬਾਅਦ ਗੁੜ ਜਾਣਾ, ਪੜ੍ਹਨਾ ਗੁੜਨਾ ਸੰਸਾਰ ਕੀ ਇਹ ਕਾਰ ਤੱਕ ਰਹਿ ਗਿਆ। ਬਹੁਤ ਸੋਹਣਾ ਹੁੰਦਾ ਛੇੜੇ ਹੋਏ ਜੀ, ਕਾਰ ਤੱਕ ਰਹਿ ਗਿਆ। ਕਿਆ ਪੜ੍ਹੀਏ ਕਿਆ ਗੁਣੀਏ, ਕਿਆ ਭੇਦ ਪੁਰਾਣਾ ਸੁਣੀ, ਕੀ ਹੋਇਆ? ਨਾ ਨਾ ਨਾ, ਕੀ ਹੋਇਆ? ਕਿਆ ਵੇਦਾਂ ਪੁਰਾਣਾ ਨੂੰ ਸੁਣਿਆ, ਬਾਣੀ ਨੂੰ ਵੀ ਪੜ੍ਹਿਆ, ਉਹਨੂੰ ਗੁੜ ਵੀ ਲਿਆ, ਗਿਆਨੀ ਵੀ ਬਣ ਗਏ, ਕਥਾਵਾਚਕ ਵੀ ਬਣ ਗਏ। ਆਖੋ ਵਾਹਿਗੁਰੂ, ਅੱਗੇ ਲਿਖਿਆ ਪੜ੍ਹੇ ਸੁਣੇ, ਕੀ ਹੋਇਆ? ਕੋਈ ਚੇਂਜ ਆਈ? ਪੜ੍ਹਨ ਸੁਣਨ ਵਾਲੇ ਦੇ ਵਿੱਚ ਕੋਈ ਚੇਂਜਿੰਗ ਆਈ? ਚੁਗਲੀ ਹਟੀ, ਨਿੰਦਾ ਹਟੀ, ਈਰਖਾ ਹਟੀ, ਦਵੈਤ ਹਟੀ? ਆਖੋ ਵਾਹਿਗੁਰੂ। ਫਿਰ ਤੁਸੀਂ ਭਾਵੇਂ 31 ਛੱਡ ਕੇ 3100 ਪਾਠ ਕਰੋ, ਇਸ ਤਰ੍ਹਾਂ ਦੇ ਇਸ ਤਰ੍ਹਾਂ ਹੀ ਰਹਿਣਾ ਹੈ ਨਾ, ਚਾਹੀਦਾ ਸੀ। ਆਖੋ ਵਾਹਿਗੁਰੂ, ਗੱਜ ਕੇ ਬੋਲੋ, ਚਾਹੀਦਾ ਸੀ ਉੱਥੋਂ ਮੋਤੀ ਚੁੱਕ ਕੇ ਅਤੇ ਆਪਣੀ ਸੁਰਤ ਰੂਪੀ ਜੇਬ 'ਚ ਪਾਉਣੇ। ਸੁਰਤ ਸੋਚ ਕਰ ਭਾਂਡ ਸਾਲ, ਤਿਸ ਵਿੱਚ ਤਿਸ ਨੂੰ ਰੱਖਣਾ ਸੀ ਨਾ, ਰੱਖਣ ਨੂੰ ਕਿਹਾ ਸੀ ਕਿ ਪੜ੍ਹ ਪੜ੍ਹ ਕੇ ਕੁਰਲੀਆਂ ਕਰਨੀਆਂ। ਇਹ ਕੌਮ ਦੀ ਬਰਬਾਦੀ ਦਾ ਕਾਰਨ ਹੀ ਹੈ ਆ ਗੁਰੂ ਕੇ ਸਿੱਖੋ। ਏਡਾ ਵੱਡਾ ਪਿਉ ਦਾਦੇ ਦਾ ਖਜ਼ਾਨਾ ਹੋਵੇ ਅਤੇ ਰੁਲ ਜੇ ਕੌਮ ਤਵੀਤਾਂ ਵਿੱਚ, ਰੁਲ ਜੇ ਕੌਮ ਕਬਰਾਂ 'ਤੇ। ਆਖੋ ਵਾਹਿਗੁਰੂ, ਕੀ ਕਿਹਾ? ਤਵੀਤਾਂ 'ਤੇ, ਕਬਰਾਂ 'ਤੇ। ਆ ਤੁਹਾਡੇ ਕੋਲ ਮੈਂ ਅੱਜ ਪਿੰਡ 'ਚ ਕਿਸੇ 'ਚ ਸੈਰ ਕਰਨ ਗਿਆ ਸਾਂ, ਇੱਕ ਇੱਕ ਪੈਲੀ ਦੇ ਕੰਢੇ 'ਤੇ ਦੋ ਦੋ ਇੱਟਾਂ ਰੱਖ ਕੇ, ਪਤਾ ਨਹੀਂ ਚਿੱਟਾ ਜਿਹਾ ਕੀ ਕਲੀ ਫੇਰੀ ਜੇ, ਕੌਣ ਆ ਉੱਥੇ? ਇਹ ਆ ਸਿੱਖੀ। ਇੱਥੇ ਆਇਆ ਮੇਰਾ ਮਰਦ ਬਾਬਾ ਜਿਹੜਾ ਕਹਿੰਦਾ ਸੀ ਕਬੁੱਧ ਕਰਨ 'ਤੇ ਲੋਕ ਹਟਾਓ। ਕੀ ਕਹਿੰਦਾ ਸੀ? ਇਹ ਮੱਟੀਆਂ ਬਣਾਉਣੀਆਂ ਪੈਲੀਆਂ 'ਚ ਕਬੁੱਧ ਆ ਕਿ ਬੁੱਧੀ ਆ? ਉੱਚੀ ਬੋਲੋ, ਡਰਦੇ ਕਿਉਂ ਨੇ? ਬੋਲੋ ਨਾ, ਕੋਈ ਰਾਤ ਨੂੰ ਤੁਹਾਡੇ ਘਰ ਨਹੀਂ ਆਉਣ ਵੜਦਾ ਐਵੇਂ ਚੱਕਰ 'ਚ ਨਾ ਪੈਣਾ ਵੀ ਕੋਈ ਚਿੱਟੇ ਕੱਪੜੇ ਵਾਲਾ, ਕਾਲੇ ਕੱਪੜੇ ਵਾਲਾ ਤੁਹਾਡੇ ਘਰ ਕੁਛ ਵੀ ਨਹੀਂ ਹੈਗਾ ਇਸ ਤੋਂ ਬਿਨਾਂ। ਜਿੱਦਣ ਆਉਣਾ ਇਹਨੇ ਆਉਣਾ ਤੁਹਾਡੇ ਘਰ, ਹੋਰ ਕੁਛ ਨਹੀਂ ਆ ਸਕਦਾ। ਦੋ ਇੱਟਾਂ ਥੋੜ੍ਹੀਆਂ ਤੁਰਪਣਗੀਆਂ ਤੁਹਾਡੇ ਘਰ ਨੂੰ, ਤੁਸੀਂ ਡਰਦੇ ਹੋ। ਆਖੋ ਵਾਹਿਗੁਰੂ, ਤੁਸੀਂ ਇੰਨਾ ਡਰਨ ਲੱਗ ਪਏ ਹੋ ਗੁਰੂ ਦੇ ਹੁੰਦਿਆਂ। ਆਖੋ ਵਾਹਿਗੁਰੂ, ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਹੁੰਦਿਆਂ ਮੈਂ ਇਹ ਕਹਿ ਰਿਹਾ ਸਾਂ, ਮਾਰਗ ਮੋਤੀ ਬਿਥਰੇ ਅੰਧਾ ਨਿਕਸਿਓ ਆਏ। ਜਿਹੜਾ ਮਾਰਗ ਮੋਤੀ ਜਿੱਥੇ ਵਿਖਰੇ ਪਏ ਸੀ ਉੱਥੋਂ ਦੀ ਲੰਘਿਆ, ਉਹ ਕੀ ਸੀ? ਬਲਾਇੰਡ ਸੀ। ਅਤੇ ਉਹ ਸੱਚੀ ਮੁੱਚੀ ਕਹਿੰਦਾ ਰਿਹਾ, ਹੋ ਸਕਦਾ ਮੇਰੇ ਪੈਰਾਂ 'ਚ ਰੋਡ ਪਏ ਹੋਣ, ਨਹੀਂ ਪਤਾ ਲੱਗ ਕੀ ਪਏ ਹੋਣ, ਰੋਡ ਪਏ ਹੋਣ, ਕਿਉਂਕਿ ਅੱਖਾਂ ਤੋਂ ਅੰਨਾ ਸੀ। ਜਿਹਦੀ ਅੱਖ ਖੁੱਲ੍ਹੀ ਅਤੇ ਉਹਨੇ ਤਾਂ ਕਿਹਾ, ਰਤਨ ਜਵੇਹਰ ਜਾਂਕਾ ਕਸ਼ੂ ਨਮੋਲ ਪਰੇ ਭੰਡਾਰ ਅਕੁੱਟ ਅਤੋਲ। ਉਹਨੇ ਤਾਂ ਬੜਾ ਕੁਝ ਪੜ੍ਹਿਆ। ਆਖੋ ਵਾਹਿਗੁਰੂ, ਉਹਨੇ ਕਿਹਾ ਗੁਰਸਾਗਰ, ਇਹ ਤਾਂ ਮੇਰਾ ਗੁਰੂ ਰਤਨਾਂ ਨਾਲ ਭਰਿਆ ਪਿਆ ਹੈ, ਮੈਂ ਗਰੀਬ ਕਿਉਂ ਹਾਂ? ਆਖੋ ਵਾਹਿਗੁਰੂ, ਜੋਤ ਬਿਨਾਂ ਜਗਦੀਸ਼ ਕੀ,
ਜਗਤ ਦੇ ਮਾਲਕ ਦੀ ਅੰਦਰ ਜੋਤ ਨਹੀਂ ਜਗੀ ਅਤੇ ਜਪਦੀ ਸਾਹਿਬ ਪੜ੍ਹਦੇ ਪੜ੍ਹਦੇ ਦੀ ਸੁਰਤ ਜਗਤ ਉਲੰਘੇ ਜਾ। ਬੋਲੋ ਬੋਲਾ, ਫਿਰ ਬੋਲੋ, ਜਗਤ ਵਿੱਚ ਕੌਣ ਆਉਂਦਾ? ਅਸੀਂ ਅਸੀਂ ਹੋਰ ਕੌਣ ਆ? ਜਗਤ ਕਿਤੇ ਬਠਿੰਡੇ ਦੇ ਵਪਾਰੀਆਂ ਨੂੰ ਕਹਿਦਾ? ਅਸੀਂ ਜਿਹੜੇ ਜਪਜੀ ਸਾਹਿਬ ਪੜ੍ਹਨ ਵਾਲੇ ਹਾਂ, ਰੋਜ਼ ਮੋਤੀਆਂ ਦੇ ਉੱਤੋਂ ਦੀ ਨੰਗ ਹੈ, ਰੋਜ਼ ਪੜ੍ਹ ਕੇ ਅਨੰਤ ਪੌੜੀਆਂ, ਅਸੰਖ ਜਪ, ਅਸੰਖ ਪਾਓ, ਅਸੰਖ ਪੂਜਾ, ਅਸੰਖ ਤਪ ਤਾਓ, ਅਸੰਖ ਗ੍ਰੰਥ, ਮੁੱਖ ਵੇਦ ਪਾਠ, ਅਸੰਖ ਯੋਗ ਮਨ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ, ਅਸੰਖ ਦਾਤਾ, ਇਹ ਸਾਰਾ ਕੁਝ ਪੜ੍ਹ ਕੇ ਅਸੀਂ ਇੱਕ ਸਤੀ ਦੇ ਦਰਸ਼ਨ ਨਾ ਕੀਤੇ, ਇੱਕ ਭਗਤ ਦੇ ਦਰਸ਼ਨ ਨਾ ਕੀਤੇ, ਬਾਹਰੋਂ ਨਹੀਂ ਉਹਦੇ ਵਿੱਚੋਂ ਹੀ। ਭਗਤ ਕਿਹਨੂੰ ਕਹਿੰਦੇ? ਅਖਵੇਲ ਪਕੜ ਨਹੀਂ ਰਹੇ ਜੱਸੀ, ਪਕੜ ਨਹੀਂ ਰਹੇ? ਨਹੀਂ, ਇੱਥੇ ਬੈਠੀ ਬੈਠੀ ਕਿਤੇ ਭੱਜੀ ਸੀ। ਧਿਆਨ ਦਿਓ, ਮੈਂ ਜਿਹੜਾ ਜਪਜੀ ਸਾਹਿਬ ਵਿੱਚ ਅਸੰਖ ਜਾਪ ਪੜ੍ਹਿਆ ਹੈ ਉਹਦਾ ਅਰਥ ਕੀ ਆ? ਮੈਂ ਇਹ ਦਰਸ਼ਨ, ਇਹਨੂੰ ਕਹਿੰਦੇ ਦਰਸ਼ਨ। ਪੁੱਤ ਚੰਗੀ ਤਰ੍ਹਾਂ ਦੀ ਹੈ, ਧਿਆਨ ਨਾਲ ਸੁਣੋ। ਜਿਹੜਾ ਮੈਂ ਜਪ ਸ਼ਬਦ ਪੜ੍ਹਿਆ ਹੈ ਅਸੰਖ ਜਾਪ, ਅਤੇ ਮੈਂ ਉਹਦਾ ਦਰਸ਼ਨ ਕਰਨਾ ਹੈ। ਅਸੰਖ ਰੂਹਾਂ ਨੇ ਇਸ ਧਰਤੀ 'ਤੇ ਜਾਪ ਕਰਨ ਵਾਲੀਆਂ, ਇਹਦਾ ਅਰਥ ਇਹ ਹੈ। ਅਸੰਖ ਤਪ, ਅਸੰਖ ਰੂਹਾਂ ਨੇ ਜਿਹੜੀਆਂ ਤਪ ਕਰਦੀਆਂ ਨੇ ਰੱਬ ਦਾ। ਅਸੰਖ ਸਤੀ ਦਾਨੀ, ਸਤੀ ਦਾ ਮਤਲਬ ਦਾਨੀ, ਅਸੰਖ ਦਾਤਾਰ। ਇੰਨਾ ਕੁਝ ਲਿਖਿਆ ਹੈ ਮਗਰ ਮੈਂ ਲੰਘ ਗਿਆ, ਲੰਘ ਗਿਆ, ਛਾਹ ਨਾ ਬਣ ਸਕਿਆ, ਛਿਆਨਛਾ ਨਾ ਬਣ ਸਕਿਆ। ਅਖ ਵਾਹਿਗੁਰੂ ਕੀ ਪੜ੍ਹ ਕੇ? ਜਪਜੀ ਸਾਹਿਬ। ਇੱਥੇ ਆਪਾਂ ਬੈਠੇ ਸਾਂ ਵੀ ਸਾਧ ਸੰਗ ਮਨ ਸੋਭਤ ਜਾਗੇ। ਜਿੱਦਣ ਸਿਮਰਨ ਕਰਨ ਤੋਂ ਬਾਅਦ ਤੁਸੀਂ ਜਪਜੀ ਸਾਹਿਬ ਪੜ੍ਹੋਗੇ, ਵੇਖਿਆ ਤੁਸੀਂ ਭੱਜੇ ਫਿਰਦੇ, ਭੱਜੇ ਫਿਰਦੇ ਹੋ ਨਾ, ਉਹ ਪਿੱਛੇ ਤੁਹਾਡੇ। ਹਾਂ, ਇਸ ਤਰ੍ਹਾਂ ਨਾ ਕਰੋ, ਸ਼ਬਦ ਵਿੱਚ ਰੱਖੋ ਧਿਆਨ। ਦੋ ਤਿੰਨ ਦੀਵਾਨਾਂ ਤੋਂ ਇੱਕੋ ਗੱਲ ਕਹਿ ਰਿਹਾ ਵਾਂ, ਸੁਣਨਾ ਅੱਖਾਂ ਦਾ ਆਹਤ ਨਹੀਂ। ਤੁਸੀਂ ਦੱਸੋ ਜੀ, ਭਾਈ ਨਿਰਮਲ ਸਿੰਘ ਦੇ ਸਾਥੀ, ਸੁਣਨਾ ਅੱਖਾਂ ਦਾ ਸਾਥ ਆਹਤ ਨਹੀਂ, ਸੁਣਨਾ ਹੱਥਾਂ ਦਾ ਆਹਤ ਨਹੀਂ। ਆਤਮਣੇ ਕੰਮ, ਹੱਥ ਨਹੀਂ ਸੁਣਦੇ, ਅੱਖਾਂ ਨਹੀਂ ਸੁਣਦੀਆਂ, ਨੱਕ ਨਹੀਂ ਸੁਣਦਾ, ਪੈਰ ਨਹੀਂ ਸੁਣਦੇ, ਸੁਣਦੇ ਕੀ ਨੇ? ਅਤੇ ਕੰਨ ਖੋਲ੍ਹ ਕੇ ਰੱਖੋ, ਅੱਖਾਂ ਭਾਵੇਂ ਮੀਟ ਲਓ, ਇਤਰਾਂ ਇਤਰਾਂ ਨਾ ਵੇਖਿਆ ਕਰੋ ਵੀ ਉਹ ਕੌਣ ਆਇਆ ਮੱਥਾ ਟੇਕ। ਜੇ ਇਹਨੇ ਗਿਣਦੇ ਰਹੇ ਨਾ ਤੁਸੀਂ ਵੀ ਉਹ ਵੀ ਮੱਥਾ ਟੇਕਣ ਆਇਆ, ਫਿਰ ਪੱਲੇ ਕੱਖ ਨਹੀਂ ਪੈਣਾ, ਫਿਰ ਜਾਓਗੇ ਕਥਾ 'ਤੇ ਸੁਣ ਗਏ, ਮਿਲਿਆ ਕੁਛ ਨਹੀਂ। ਮਿਲਦਾ ਤਾਂ ਬਹੁਤ ਕੁਛ ਆ, ਲੈਣ ਵਾਲਾ ਹਾਜ਼ਰ ਨਹੀਂ, ਲੈਣ ਵਾਲਾ। ਜੇ ਕਿਤੇ ਤੁਸੀਂ ਹੈ ਹਜ਼ੂਰ ਹਾਜ਼ਰ ਅਰਦਾਸ ਬਣ ਜਾਓ, ਇੱਥੇ ਕਿਤੇ ਤੁਸੀਂ ਹਾਜ਼ਰ ਹੋ ਜਾਓ ਅਤੇ ਝੋਲੀਆਂ ਭਰਦੇ, ਸੱਚੀ ਮੁੱਚੀ ਝੋਲੀਆਂ ਭਰ, ਇੰਨੇ ਭਾਰੇ ਹੋ ਕੇ ਜਾਓ ਤੁਹਾਡੇ ਕੋਲੋਂ ਤੁਰਿਆ ਨਾ ਜਾਓ। ਇੰਨਾ ਲੱਦ ਕੇ ਭੇਜੇ ਮੇਰਾ ਗੁਰੂ, ਇੰਨੀਆਂ ਤੁਹਾਡੀਆਂ ਝੋਲੀਆਂ। ਮਗਰ ਸੁਣਨਾ ਬੜਾ ਜ਼ਰੂਰੀ ਹੈ, ਸੁਣਿਆ ਤਾਂ ਜਾਂਦਾ ਜੇ ਅੰਦਰੋਂ ਚੁੱਪ ਹੋ ਜਾਈਏ। ਤੇ ਅੰਦਰੋਂ ਮੂੰਹ ਦਾ ਸ਼ੋਰ ਤਾਂ ਤੁਸੀਂ ਬੰਦ ਕੀਤਾ ਹੋ, ਮਗਰ ਅੰਦਰ ਚੱਲ ਰਿਹਾ ਕਿ ਨਹੀਂ? ਬੋਲੋ ਨਾ, ਮਨਜੀਤ ਵੀ ਆਈ ਆ, ਸੁਰਜੀਤ ਵੀ ਆਈ ਆ, ਸੁੱਖਾ ਵੀ ਆਇਆ ਹੈ, ਮੁੱਖਾ, ਇਹ ਸ਼ੋਰ ਪੈ ਰਿਹਾ ਕਿ ਨਹੀਂ ਅੰਦਰ? ਇਹਨੂੰ ਬੰਦ ਕਰੋ, ਫਿਰ ਬੰਦ ਕਰਕੇ ਆਓ, ਸਾਰਾ ਘੱਟਾ ਬਹਿ ਜੂਗਾ ਅੰਦਰਲਾ। ਵਾਹਿਗੁਰੂ 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 ਵਾ
ਕੰਬਲੀ ਤੇ ਟਿਕ ਜਾਓ। Why?
ਰੱਜੋ ਰੱਜੋ ਰਾਜੇ ਰਾਜ ਭੋਜਨ ਖਾਓ ਮੇਰੇ ਭਾਈ। ਜੈ ਭੰਡਾਰ ਗੋਬਿੰਦ ਦਾ ਖੁੱਲਿਆ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਭੰਡਾਰ ਖੁੱਲ ਗਏ। ਰੱਜੋ ਡਲਿਆ ਵੇਖਾਂ ਕਿੰਨੇ ਅੰਬ ਨੇ। ਆਖਿਆ ਸੀ ਬੋਲੋ ਜੀ ਗੁਰੂ ਕਿਸ ਕਿੰਨੇ ਅੰਬਾਂ ਦੇ ਅਤੇ ਕਿੰਨੀਆਂ ਨਹਿਰਾਂ ਵਗ ਰਹੀਆਂ। ਆ ਵਾਗੀ 'ਤੇ ਪਈਆਂ ਹੁਣ ਅੰਬ ਹੀ 'ਤੇ ਸੀ ਜਿਹੜਾ ਚੂਸ ਰਿਹਾ ਉਹ। ਮੇਰੇ ਬਾਬੇ ਨੇ ਜੋ ਬ੍ਰਹਿਮੰਡੇ, ਜੇ ਬ੍ਰਹਿਮੰਡ ਵਿੱਚ ਨਹਿਰਾਂ ਤੁਹਾਡੇ ਤੱਕ ਪਹੁੰਚ ਗਈਆਂ ਨਾ, ਤਾਂ ਖੰਡ ਤੱਕ ਵੀ ਪਹੁੰਚਾਊਗਾ। ਹਾਜ਼ਰ ਨਹੀਂ ਤੁਸੀਂ ਚਸ਼ਮੇ ਵਾਲੀ ਤੀ ਹਾਜ਼ਰ ਹੋ? ਕੀ ਕਿਹਾ ਸੀ? ਜੇ ਬ੍ਰਹਿਮੰਡ ਵਿੱਚ ਡੱਲਿਆ ਤੂੰ ਤਾਂ ਕਹਿੰਦਾ ਨਾ ਇੱਥੇ ਤਾਂ ਅੱਕ ਨੇ ਅਤੇ ਰੇਤ ਉੱਡਦੀ ਅਤੇ ਖੇ ਉੱਡਦੀ, ਮਹਾਰਾਜ ਇੱਥੇ ਪਾਣੀ ਕਿੱਥੇ? ਵਗਾਤੀਆਂ ਨਹਿਰਾਂ ਕਿ ਨਹੀਂ ਬੋਲੋ? ਤੁਹਾਡੇ ਲਾਗੋਂ ਦੀ ਕਿੰਨੀਆਂ ਵਗਦੀਆਂ ਨੇ? ਆਖੋ ਵਾਹਿਗੁਰੂ। ਅਤੇ ਜੇ ਉਹਦਾ ਬਾਹਰਲਾ ਵਚਨ ਸੱਚ ਆ ਤਾਂ ਅੰਦਰਲਾ ਵੀ ਸੱਚ ਹੋ, ਕਿਉਂਕਿ ਗੁਰੂ ਜੋ ਬ੍ਰਹਿਮੰਡੇ ਜੋ ਬ੍ਰਹਿਮੰਡ ਪਿੰਡ ਸੋ ਜਾਣ, ਨਹੀਂ ਜੋ ਬ੍ਰਹਿਮੰਡ ਇਸ ਪਿੰਡ ਵਿੱਚ ਵੀ ਉਹ ਜਾਣੀ, ਜੋ ਬ੍ਰਹਿਮੰਡ ਵਿੱਚ ਵਰਤੂਗਾ ਉਹ ਇੱਥੇ ਵੀ ਵਰਤੂਗਾ। ਆਖੋ ਵਾਹਿਗੁਰੂ। ਕੱਲ ਦਿੱਲੀ ਮੋਰਚੇ 'ਤੇ ਜਿਹੜਾ ਪਰੇਸ਼ਾਨੀ ਆਈ, ਇੱਕ ਇੱਕ ਸਰੀਰ ਦੇ ਅੰਦਰ ਪਰੇਸ਼ਾਨੀ ਆਈ ਕਿ ਨਹੀਂ ਬੋਲੋ? ਗੁਰੂ ਕਿਸ ਮੁਕਰਦੇ ਹੋ? ਜੇ ਇੰਨਾ ਅਸਰ ਬ੍ਰਹਿਮੰਡ ਦਾ ਪਿੰਡ ਨੂੰ, ਤਾਂ ਤੁਸੀਂ ਨੋਟ ਕਰੋ, ਜੇ ਬ੍ਰਹਿਮੰਡ ਤੱਕ ਤੁਹਾਡੀਆਂ ਪੈਲੀਆਂ ਤੱਕ ਨਹਿਰਾਂ ਪਹੁੰਚ ਗਈਆਂ ਨਾ ਖੇਤਾਂ ਤੱਕ, ਤਾਂ ਇਹ ਵੀ ਖੇਤ ਗੁਰੂ ਹਰਿਆ ਕਰੂਗਾ। ਸਿੰਜੋ ਤਾਂ ਸਹੀ ਵਾਹਿਗੁਰੂ 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 ਵਾਹਿਗੁਰੂ।
ਇੱਕ ਵਚਨ ਆ ਗੁਰਪੂਰੈ ਸੱਚ ਕਿਹਾ, ਬੋਲੋ ਬੋਲਾ ਕੀ ਗੁਰਪੂਰੇ ਸੱਚ ਕਿਹਾ, ਇਹ ਸੱਚ ਕਿਹਾ ਵੀ ਸ਼ਬਦ ਸਦਾ ਬਸੰਤ ਹੈ। ਵੇਖੀ ਜੇ ਕਦੀ ਤੁਹਾਡੇ ਇਲਾਕੇ 'ਚ ਤਾਂ ਬਹੁਤ ਆ, ਅਨੰਤ ਇਲਾਕੇ ਆ ਜਿੱਥੇ ਸਰੋਂ ਨਹੀਂ ਉੱਗਦੀ। ਆਖੋ ਵਾਹਿਗੁਰੂ ਕੀ ਨਹੀਂ ਉੱਗਦੀ ਤੁਹਾਡੇ ਇਲਾਕੇ 'ਚ? ਬਹੁਤ ਹੁੰਦੀ ਆ ਨਿਰਮਲ ਸਾਹਿਬ ਦੇ ਕੋਲ ਤਾਂ ਬਹੁਤ ਆ, ਪੈਲੀਆਂ ਦੀਆਂ ਪੈਲੀਆਂ ਭਰੀਆਂ ਸਰੋਂ ਦੇ ਫੁੱਲਾਂ ਨਾਲ। ਇਹ ਗਰਮੀਆਂ 'ਚ ਨਹੀਂ ਉੱਗਦੀ, ਬੋਲੋ ਨਾ ਗੁਰੂ ਕਿਸੇ ਕੋਲ। ਪਕੜ ਰਿਹਾ ਹੋ ਮੈਂ ਕੀ ਕਹਿਣਾ ਚਾਹੁੰਦਾ, ਉਸ ਗੱਲ ਨੂੰ ਪਕੜ ਰਿਹਾ ਹੋ? ਇਹ ਹੋਰ ਕਿਸੇ ਰੁੱਤ ਵਿੱਚ ਖਿੜਦੀ ਨਹੀਂ। ਆ ਇੱਕ ਰੁੱਤ ਹੈ, ਥੋੜ੍ਹੇ ਥੋੜ੍ਹੇ ਅੱਗੇ ਹੋ ਜਾਓ, ਪਿੱਛੇ ਬਹਿਣ ਨੂੰ ਸੰਗਤ ਨੂੰ ਜਗ੍ਹਾ ਨਹੀਂ ਹੈਗੀ। ਅੱਗੇ ਆ ਜਾਓ, ਆ ਜਾਓ, ਆ ਜਾਓ, ਆ ਜਾਓ, ਥੋੜ੍ਹਾ ਥੋੜ੍ਹਾ ਹੋ ਜਾਓ, ਹੋ ਜਾਓ, ਉਹ ਪਿੱਛੇ ਜਗ੍ਹਾ ਮਿਲ ਜੂਗੀ। ਆਖੋ ਵਾਹਿਗੁਰੂ। ਬਸੰਤ ਦੀ ਰੁੱਤ ਅੱਜ ਕੱਲ੍ਹ ਸਰੋਂ ਖਿੜੀ ਪਈ। ਤੁਹਾਨੂੰ ਪੁੱਛਦਾ, ਕਦੀ ਗੱਲਾਂ ਕੀਤੀਆਂ ਸਰੋਂ ਨਾਲ ਕਿ ਟਾਈਮ ਹੀ ਨਹੀਂ ਹੈਗਾ? ਆਖੋ ਵਾਹਿਗੁਰੂ। ਕਦੀ ਕੀਤੀਆਂ ਸਰੋਂ ਨਾਲ ਗੱਲਾਂ? ਨਹੀਂ। ਤੂੰ ਬਚੀਏ ਸਰੋਂ ਦੇ ਫੁੱਲ ਨਾਲ ਕਦੀ ਧੀ ਗੱਲਾਂ ਕਰ, ਸਰੋਂ ਦੇ ਫੁੱਲ ਨਾਲ ਗੱਲਾਂ ਕਰ। ਬਾਪੂ ਕੀ ਪੁੱਛਾਂ? ਉਹਨੂੰ ਪੁੱਛ ਕਿੰਨੀ ਉਮਰ ਹੀ, ਕਿਹਨੂੰ? ਸਰੋਂ ਦੇ ਬੂਟੇ ਨੂੰ ਪੁੱਛ। ਤੁਸੀਂ ਬੋਲੋ ਕਿੰਨੀ ਉਮਰ ਹੀ, ਉਮਰ ਕਿੰਨੀ ਕੀ? ਅਤੇ ਕੀ ਕਹੂਗੀ? 3 ਮਹੀਨੇ। ਕਿੰਨੀ? ਅਤੇ ਫਿਰ ਪੈਰਾਂ ਥੱਲੇ ਜ਼ਮੀਨ ਨਿਕਲ ਜੂਗੀ, ਹਾਏ 3 ਮਹੀਨਿਆਂ 'ਚ ਹੀ ਖਿੜ ਗਈ ਹੈ। ਆਖੋ ਵਾਹਿਗੁਰੂ। ਪਕੜ ਨਹੀਂ ਰਹੇ? 3 ਮਹੀਨਿਆਂ 'ਚ ਹੀ ਤੇ ਵਿਸਮਾਦ ਹੋ ਜਾਓ, ਵਿਸਮਾਦ ਹੋ ਜਾਓ। ਅਤੇ ਫਿਰ ਆਪਣੀ ਉਮਰ ਉਹਨੂੰ ਦੱਸਿਓ, ਉਹ ਤੁਹਾਡੇ ਵੱਲ ਵੇਖ ਕੇ ਹੱਸੂਗੀ ਅਤੇ ਰੋਊਗੀ ਵੀ। ਹੱਸੂਗੀ ਪਹਿਲੋਂ ਵੀ ਤੇਰੇ ਜਿਹੜਾ ਮੂਰਖ ਹੀ ਕੋਈ ਨਹੀਂ, 60 ਸਾਲਾਂ ਦਾ ਹੋ ਕੇ ਇੱਕ ਵੀ ਫੁੱਲ ਨਹੀਂ ਨਿਕਲਿਆ, ਮੈਂ 3 ਮਹੀਨਿਆਂ 'ਚ ਕਿੰਨੀ ਪ੍ਰਫੁੱਲਤ ਹੋ ਗਈ, ਉੱਗ ਵੀ ਖਲੋਤੀ, ਲੋਕਾਂ ਸਾਗ ਵੀ ਤੋੜ ਲਿਆ, ਰੱਜ ਕੇ ਖਾ ਵੀ ਲਿਆ। ਆਖੋ ਵਾਹਿਗੁਰੂ। ਮੈਂ ਫਿਰ ਫਲੀਭੂਤ ਹੋ ਗਈ, ਮੈਨੂੰ ਦਾਣਾ ਵੀ ਪੈ ਗਿਆ, ਮੈਨੂੰ ਫੁੱਲ ਵੀ ਆ ਗਏ। 3 ਮਹੀਨਿਆਂ 'ਚ? ਅਤੇ ਬਾਪੂ ਮੇਰੇ ਵਰਗਿਆ ਪੁੱਛਣਾ, ਮੇਰੇ ਕੋਲੋਂ ਕੀ ਗਲਤੀ ਹੋ ਗਈ? ਮੈਂ 63 ਸਾਲ ਦਾ ਇਸ ਵੇਲੇ, 10 ਦਾ ਸਰੀਰ। ਆਖੋ ਵਾਹਿਗੁਰੂ। 63 ਸਾਲ ਵਿੱਚ ਮੇਰੇ ਕੋਲੋਂ ਕੀ ਗੁਨਾਹ ਹੋ ਗਿਆ? ਤੁਸੀਂ ਵੀ ਪੁੱਛੋ, ਜਿੰਨੀ ਜਿੰਨੀ ਤੁਹਾਡੀ ਉਮਰ ਹੈ ਨਾ, ਇੱਕ ਵਾਰ ਜ਼ਰੂਰ ਆਪਣੀ ਸੁਰਤ ਵਿੱਚ ਗੱਲ ਕਰੋ, ਹੇ ਸਰੋਂ ਰਾਣੀਏ, ਤੇਰੇ 'ਤੇ ਮਿਹਰਬਾਨ ਇੰਨਾ ਹੋਇਆ। ਅੱਗੇ ਆ ਜਾਓ, ਜਗ੍ਹਾ ਹੈਗੀ ਆ, ਆ ਜਾਓ। ਆਖੋ ਵਾਹਿਗੁਰੂ। ਤੇਰੇ 'ਤੇ ਇੰਨਾ ਮਿਹਰਬਾਨ ਹੋ ਗਿਆ ਵੀ ਤੂੰ ਖਿੜ ਵੀ ਗਈ ਹੋ, ਤੈਨੂੰ ਦਾਣਾ ਵੀ ਪੈ ਗਿਆ, ਜਿਸ 'ਤੇ ਉਪਜਿਆ ਨਾਨਕਾ, ਦਾਣੇ 'ਚੋਂ ਨਿਕਲਿਆ ਸੀ ਨਾ ਬੂਟਾ। ਬੋਲੋ ਜੀ ਗੁਰੂ ਕੇ ਸਿੱਖ, ਇੱਕ ਦਾਣਾ ਧਰਤੀ 'ਤੇ ਸੁੱਟਿਆ ਸੀ ਨਾ, ਅਤੇ ਉਹਦੇ ਵਿੱਚੋਂ ਬੂਟਾ ਬਣਿਆ, ਅਤੇ ਉਸ ਬੂਟੇ 'ਚ ਫਿਰ ਸਰੋਂ ਬਣ ਗਈ। ਜਿਸ 'ਤੇ ਉਪਜਿਆ ਨਾਨਕਾ, ਫਿਰ ਗੱਜ ਕੇ ਬੋਲੋ, ਜਿਸ 'ਤੇ ਸੋਈ
ਉਹਦੇ ਮੰਜ਼ਿਲ ਦੇ ਕੋਲ ਚਲੇ ਗਈ, ਸਰਵ 'ਚੋਂ ਪੈਦਾ ਦਾਣੇ 'ਚ ਹੋਈ, ਉਹਦੇ 'ਚ ਵੀ ਦਾਣਾ ਪੈ ਗਿਆ। ਇੱਧਰ ਸਾਡੇ ਵਿੱਚ ਪਕੜ ਰਹੇ ਹੋ ਪੁੱਤ, ਪਤਾ ਲੱਗ ਰਿਹਾ, ਦੱਸ ਸਕਦੇ ਹੋ ਸੰਗਤ ਨੂੰ? ਅੱਛਾ ਨਹੀਂ ਸਮਝ ਗਏ ਨਹੀਂ ਅਜੇ, ਫਿਰ ਪਹਿਲੋਂ ਵਾਲੀ ਗੱਲ ਫਿਰ ਰਿਪੀਟ ਕਰਨ ਨੂੰ ਸਮਾਂ ਖਰਾਬ ਹੁੰਦਾ ਹੈ, ਸੁਣਨ ਵਾਲਾ ਸੁਣ ਹੀ ਨਹੀਂ ਰਿਹਾ। ਨਹੀਂ ਤਾਂ ਜਿਹੜਾ ਸੰਗਤ 'ਚ ਆ ਜਾਏ, ਮੇਰੇ ਮਾਧੋ ਜੀ ਸਤਸੰਗਤ ਮੇਰੇ ਡੁੱਬ ਕਿਉਂ ਗਿਆ, ਸੁਣਿਆ ਹੀ ਨਹੀਂ। ਜੋ ਸੁਣੇ ਕਮਾਵੇ ਸੋ ਉਤਰੇ ਪਾਰ, ਇਤਨਾ ਲਿਖਿਆ, ਜੋ ਸੁਣੇ ਜੋ ਸੁਣ ਲਿਆ। ਅੱਜ ਤੁਸੀਂ ਸੁਣਿਆ ਵੀ ਸਰੋ ਨਾ ਗੱਲ ਕਰੀਏ, ਅਤੇ ਉਹਨੂੰ ਪੁੱਛੀਏ ਨਹੀਂ ਤੂੰ ਤਿੰਨਾਂ ਮਹੀਨਿਆਂ 'ਚ ਖਿੜ ਗਈ ਹੈ, ਮੈਂ 63 ਸਾਲ ਦਾ ਹੋ ਗਿਆ, ਨਾ ਮੇਰੇ ਅੰਦਰ ਕੋਈ ਪੱਤਾ ਨਿਕਲਿਆ, ਅੱਖ ਵਾਹਿਗੁਰੂ, ਨਾ ਮੇਰੇ ਅੰਦਰ ਕੋਈ ਵੇਖਿਆ। ਬੀਜ ਧਰਤੀ ਵਿੱਚ ਸੁੱਟੀਏ ਤਾਂ ਉੱਗੇ ਨਾ ਤਾਂ ਕਾਲਾ ਹੋ ਜਾਂਦਾ, ਸਾਡੇ ਮਨ ਵੀ ਬੋਲੋ ਉੱਗੇ ਨਹੀਂ ਨਾ, ਉੱਗਦੇ ਅਤੇ ਪੱਤੇ ਨਿਕਲਣੇ ਸੀ, ਉੱਗਦੇ ਅਤੇ ਕਿਸੇ ਦਾ ਢਿੱਡ ਵੀ ਭਰਨਾ ਸੀ, ਸਾਡੇ ਕੋਲੋਂ ਪੱਤੇ ਨਿਕਲੇ ਸਰੋਂ ਦੇ। ਆਹ ਸਰਦਾਰਨੀਆਂ ਸਾਗ ਧੋਣ ਵਾਲੀਆਂ ਆ ਗਈਆਂ, ਪੱਤੇ ਨਿਕਲੇ ਤਾਂ ਆਈਆਂ, ਬੋਲੋ ਜੇ ਨਾ ਪੱਤੇ ਨਿਕਲਦੇ ਕੌਣ ਆਉਣਾ ਸੀ? ਉੱਗੀ ਅਤੇ ਲੋਕਾਂ ਨੇ ਰੌਲਾ ਪਾਇਆ, ਇਹਦੇ ਨਾਲ ਬਹੁਤ ਜ਼ੁਲਮ ਹੋਇਆ ਹੈ, ਇਹਦੇ ਨਾਲ ਬਹੁਤ ਅਜੇ ਉੱਗੀ ਸੀ, ਪੱਤੇ ਵੀ ਤੋੜਨੇ ਸ਼ੁਰੂ ਕਰਤੇ, ਅਤੇ ਉਹਨੇ ਖਿੜਖਿੜਾ ਕੇ ਆਖਿਆ ਮੇਰੇ ਵੱਡੇ ਭਾਗ ਨੇ, ਮੇਰੇ ਤੋਂ ਕਿਸੇ ਦਾ ਢਿੱਡ ਭਰਦਾ ਹੈ ਤੇ ਅੱਖ ਵਾਹਿਗੁਰੂ। ਉਹਨੇ ਕਿਹਾ ਬੜਾ ਜ਼ੁਲਮ ਹੋਇਆ ਹੈ, ਤੈਨੂੰ ਆਰੇ ਨਾਲ ਚੀਰ ਦਿੱਤਾ ਗਿਆ ਹੈ। ਉਹ ਸਰੋਂ ਦਾ ਫੁੱਲ ਜਿਹੜਾ ਉੱਗਿਆ ਸੀ, ਉਹਨੇ ਕਿਹਾ ਜੇ ਮੇਰੇ ਚੀਰਨ ਨਾਲ ਆਉਣ ਵਾਲੀਆਂ ਨਸਲਾਂ ਨੂੰ ਸਿੱਖੀ ਮਿਲਦੀ ਤਾਂ ਮੇਰੇ ਵੱਡੇ ਭਾਗ ਨੇ। ਕਿਸੇ ਨੇ ਕਿਹਾ ਜੇ ਮੇਰੀ ਖੋਪਰੀ ਲੱਥਿਆਂ, ਪਤਾ ਲੱਗਾ ਜੀ ਹੁਣ ਤਾਂ ਪਤਾ ਲੱਗ ਗਿਆ, ਹੁਣ ਮੇਰੀ ਆਉਣ ਵਾਲੀਆਂ ਨਸਲਾਂ ਕੇਸ ਰੱਖਣ ਲਈ ਪਰਪੱਕ ਹੋਣਗੀਆਂ, ਅਤੇ ਭਾਈ ਤਾਰੂ ਸਾਹ ਨੇ ਕਿਹਾ ਮੇਰੇ ਵੱਡੇ ਭਾਗ ਨੇ ਉੱਗਿਆ ਸਾਂ, ਅਤੇ ਤੋੜਨ ਵਾਲਿਆਂ ਆਉਣਾ ਸੁਭਾਵਿਕ ਸੀ, ਉੱਗਿਆ ਸਾਂ ਨਾ, ਜਿਹੜੇ ਉੱਗੇ ਹੀ ਨਹੀਂ ਉਹਨੂੰ ਕਿਸੇ ਨੇ ਤੋੜਨਾ ਕੀ? ਅੱਖ ਵਾਹਿਗੁਰੂ। ਸਰੋਂ ਦੇ ਬੂਟੇ ਨੇ ਆਖਿਆ ਮੇਰੇ ਵੱਡੇ ਭਾਗ ਨੇ, ਮੇਰੇ ਕਿਸੇ ਨੇ ਪੱਤੇ ਤੋੜੇ ਅਤੇ ਢਿੱਡ ਭਰ ਲਿਆ। ਉਹਨੇ ਕਿਹਾ ਤੇਰੇ ਨਾਲ ਤਾਂ ਬੁਰਾ ਹੋ ਗਿਆ। ਕਹਿੰਦੀ ਨਹੀਂ, ਜਿੱਥੋਂ ਇੱਕ ਪੱਤਾ ਤੋੜਿਆ ਹੈ ਉੱਥੇ 4 ਪੱਤੇ ਹੋਰ ਉੱਗਣੇ ਨੇ, ਕੁਦਰਤ ਬੜੀ ਮਿਹਰਬਾਨ ਆ, ਕੁਦਰਤ ਜੇ ਤਾਂ ਸਮਝ ਲੱਗ ਰਹੀ, ਜੇ ਨਹੀਂ ਨੌਜਵਾਨਾਂ ਨੂੰ ਲੱਗ ਰਹੀ ਤਾਂ ਹੱਥ ਖੜਾ ਕਰ ਲਿਓ, ਜ਼ਰੂਰ ਬੇਨਤੀ ਆ ਮੇਰੀ, ਤਰਲਾ ਹੈ, ਜਿਹਨੂੰ ਨਹੀਂ ਪਤਾ ਲੱਗਦਾ ਹੱਥ ਖੜਾ ਕਰ ਲਓ। ਆਪਾਂ ਭੱਜਣਾ ਨਹੀਂ, ਆਪਾਂ ਗੱਲ ਨੂੰ ਸਮਝਣਾ ਹੈ। ਅੱਖ ਵਾਹਿਗੁਰੂ, ਉੱਚੀ ਬੋਲੋ। ਕੋਈ ਗੱਲ ਕੋਈ, ਉਹਨੇ ਆਖਿਆ ਮੈਂ ਤਾਂ ਪੱਤੇ ਵੀ ਕੱਢ ਲਏ, ਮੇਰੇ ਫੁੱਲ ਵੀ ਆ ਗਏ, ਮੇਰੇ ਦਾਣੇ ਵੀ ਆ ਗਏ। ਅਤੇ 60 ਸਾਲ ਦੇ ਬਜ਼ੁਰਗ ਨੇ ਰੋ ਕੇ ਆਖਿਆ ਰਾਜ ਤੇ ਦੱਸ, ਨਹੀਂ ਪਤਾ ਲੱਗਾ ਜੀ ਰਾਜ ਤੇ ਦੱਸ, ਖਿੰਨ ਦਾ ਉੱਗਣ ਦਾ ਅਤੇ ਫਿਰ ਦਾਣੇ ਵੀ ਪੈਣ ਦਾ, ਕੋਈ ਰਾਜ ਤੇ ਦੱਸ। ਪਕੜ ਰਹੇ ਪੁੱਤ, ਰਾਜ ਤੇ ਕਿਹਨੂੰ ਪੁੱਛਿਆ? ਸਰੋਂ ਨੂੰ ਪੁੱਛਿਆ, ਕੋਈ ਰਾਜ ਤੇ ਦੱਸ, ਗੱਲ ਕੀ ਹੋਈ, ਤੂੰ ਕਿੱਥੇ ਖਿੜ ਗਈ? ਉਹਨੇ ਕਿਹਾ ਰਾਜ ਸਿੱਧਾ ਜਿਹਾ ਇਹ ਹੈ ਵੀ ਜਿੱਥੇ ਮੈਨੂੰ ਜ਼ਿਮੀਂਦਾਰ ਨੇ ਸੁੱਟਿਆ, ਅਜੇ ਪਕੜਿਆ ਨਹੀਂ, ਜਿੱਥੇ ਜ਼ਿਮੀਂਦਾਰ ਨੇ ਦਾਣਾ, ਅਤੇ ਮੈਨੂੰ ਵਿਸ਼ਵਾਸ ਹੋ ਗਿਆ ਵੀ ਜਿੱਥੇ ਸੁੱਟਿਆ ਹੈ ਮੇਰੇ ਮਾਲਕ ਨੇ, ਉਹ ਮੇਰੇ ਤੋਂ ਬਹੁਤ ਸਿਆਣਾ ਹੈ,
ਮੈਂ ਉੱਥੋਂ ਹਿੱਲੀ ਨਹੀਂ, ਬਸ ਇੰਨੀ ਕਹਾਣੀ, ਮੈਂ ਉੱਥੋਂ ਉਸ ਮਿੱਟੀ ਨੂੰ ਮੈਂ ਗਲਵੱਕੜੀ ਪਾ ਲਈ, ਮਿੱਟੀ ਨੂੰ ਜਫੀਆਂ ਪਾ ਲਈਆਂ। ਮੇਰਾ ਮਾਲਕ ਨਿਆਣਾ ਨਹੀਂ ਜਿਹਨੇ ਤੇਰੇ ਵਿੱਚ ਮੈਨੂੰ ਸੁੱਟਿਆ ਹੈ, ਕੁਝ ਸੋਚ ਕੇ ਸੁੱਟਿਆ ਹੋ। ਇੱਧਰੋਂ ਗਲਵੱਕੜੀ ਪਈ ਅਤੇ ਇੱਧਰੋਂ ਅੰਕੁਰ ਫੁੱਟਣੇ ਸ਼ੁਰੂ ਹੋ ਗਏ, ਨਹੀਂ ਪਤਾ ਲੱਗਾ ਇੱਧਰੋਂ ਮਿੱਟੀ ਨਾਲ ਅਤੇ ਅੰਕੁਰ। ਤੁਹਾਨੂੰ ਵੀ ਕੋਈ ਸੁੱਟ ਕੇ ਗਿਆ ਸੀ ਕਿਤੇ, ਬੋਲੋ ਨਾ ਗੁਰੂ ਕੇ ਸਾਹਿਬ, ਤੁਹਾਨੂੰ ਵੀ ਕਿਹਾ ਸਭ ਸਿੱਖਣ ਕੋ। ਇੰਨੀ ਕਹਾਣੀ, ਸਰੋਂ ਉੱਥੋਂ ਹਿੱਲੀ ਨਹੀਂ ਅਤੇ ਅਸੀਂ ਉੱਥੋਂ ਖੁੱਲ੍ਹ ਕੇ ਬੋਲੋ ਉੱਗਾਂਗੇ ਕਿੱਦਾਂ। ਕੋਈ ਦਾਣਾ ਜਿੱਥੇ ਜ਼ਿਮੀਂਦਾਰ ਸੁੱਟਦਾ ਹੈ ਉੱਥੋਂ ਉੱਠ ਖਲੋਵੇ, ਉੱਥੋਂ ਬਾਹਰ ਹੋ ਜਾਏ, ਉੱਗਦਾ ਨਹੀਂ। ਇਸ ਤਰ੍ਹਾਂ ਹੀ ਸਿੱਖੋ, ਗੁਰੂ ਨਾਨਕ ਪਾਤਸ਼ਾਹ ਦੀ ਉਮਤ ਵਾਲੇ ਹੋ, ਬਾਬੇ ਨਾਨਕ ਦੇ ਪੁੱਤਰੋ। ਸ਼ਾਬਾਸ਼ ਸ਼ਾਬਾਸ਼, ਆਖੋ ਵਾਹਿਗੁਰੂ। ਗੁਰੂ ਨਾਨਕ ਸਾਹਿਬ ਦੀ ਉਮਤ ਜੀ ਸੁਣੋ, ਇੱਥੇ ਜਿੰਨੀਆਂ ਭੈਣਾਂ ਬੈਠੀਆਂ, ਜਿੰਨੇ ਵੀਰ ਬੈਠੇ, ਇਹ ਸਾਰੇ ਗੋਬਿੰਦ ਦਾ ਰੂਪ ਬਣ ਜਾਣੇ ਸੀ। ਗੋਬਿੰਦ ਨੂੰ ਲੱਭਣ, ਸਰਵ ਨੂੰ ਦਾਣਾ ਜਿਹੜਾ ਧਰਤੀ 'ਚ ਸੁੱਟਿਆ ਉਹਨੂੰ ਹੁਣ ਦਾਣੇ ਲੱਭਣੇ ਨਹੀਂ ਪੈਣੇ, ਉਹਦੇ ਵਿੱਚੋਂ ਦਾਣੇ ਨਿਕਲਣੇ ਨੇ, ਨਹੀਂ ਪਤਾ ਲੱਗਾ। ਗੋਬਿੰਦ ਸਿੰਘ ਸਾਹਿਬ ਨੇ ਜਿੱਥੇ ਤੁਹਾਨੂੰ ਸੁੱਟਿਆ ਵੀ ਸਭ ਸਿੱਖਣ ਕੋ, ਜੇ ਉੱਥੇ ਟਿਕ ਜਾਂਦੇ ਹੋ ਤਾਂ ਤੁਹਾਨੂੰ ਗੋਬਿੰਦ ਲੱਭਣਾ ਨਹੀਂ ਸੀ ਪੈਣਾ, ਗੋਬਿੰਦ ਤੁਹਾਡੇ ਵਿੱਚੋਂ ਪ੍ਰਗਟ ਹੋਣਾ ਸੀ। ਛਿੜਕ ਗਏ ਹੋ ਨਾ ਕਿਤੇ, ਕਦੀ ਕਾਰ ਚੁੱਕ ਲਈ ਫਲਾਣੇ ਡੇਰੇ 'ਤੇ, ਕਦੀ ਕਾਰ ਚੁੱਕ ਲਈ ਫਲਾਣੇ ਡੇਰੇ 'ਤੇ, ਆਖੋ ਵਾਹਿਗੁਰੂ। ਅਸੀਂ ਜੀ ਉਹਨਾਂ ਕੋਲ ਜਾਂਦੇ ਹਾਂ, ਕਹਿੰਦੇ ਕਿ ਨਹੀਂ ਲੋਕ, ਤੁਸੀਂ ਤਾਂ ਨਹੀਂ ਜਾਂਦੇ ਕਦੇ। ਅਸੀਂ ਜੀ ਉਹਨਾਂ ਕੋਲ ਜਾਂਦੇ ਹਾਂ, ਅਸੀਂ ਜੀ ਉਹਨਾਂ ਕੋਲ ਜਾਂਦੇ ਹਾਂ, ਉਹਨਾਂ ਦੇ ਵਿੱਚ ਤੂੰ ਇਹਨੂੰ ਭੁੱਲ ਗਿਆ, ਇਹ ਹੜ ਤੇ ਹੜ ਛੱਡ ਤੂੰ ਆਖਿਆ ਸੀ, ਬੋਲੋ ਭਲਾ, ਹੱਥ ਖੜਾ ਕਰੋ, ਕਿਹਨੂੰ ਕਿਹਨੇ ਧੋਕ ਆਉਂਦੀ। ਹਾਂ, ਇੱਧਰ ਉੱਧਰ ਛੱਡ ਕੇ, ਭੱਜ ਕੇ ਛੱਡ ਕੇ ਤੇ ਕੀ ਕਰਨਾ ਸੀ, ਗੁਰੂ ਦੇ ਸ਼ਬਦ ਨੂੰ ਪਛਾਣਨਾ ਸੀ, ਵਾਹਿਗੁਰੂ 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 ਵਾਹਿਗੁਰੂ। ਹੁਣ ਪਛਾਣ ਲਓ, ਜਿਹਨੇ ਪਛਾਤਾ ਸੱਚ ਚੁੰਮਾ ਪੈਰ ਮੂੰਹ। Why? 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 Why?
ਫਿਰ ਚਲੀਏ ਸਰੋਂ ਕੋਲ, ਸਰੋਂ ਵੇਖਦਿਆਂ ਵੇਖਦਿਆਂ ਹੀ ਫੁੱਲ ਝੜ ਗਏ ਵਿਚਾਰੀ ਦੇ। ਕੀ ਹੋ ਗਿਆ ਵੇਖਿਆ ਜੇ ਕਦੀ ਕਦੀ? ਜਿਹੜੇ ਪਿੰਡਾਂ ਵਾਲੇ ਉਹਨਾਂ ਨੂੰ ਪਤਾ ਹੈ, ਸ਼ਹਿਰਾਂ ਵਾਲਿਆਂ ਨੂੰ ਨਹੀਂ ਪਤਾ। ਅੱਜ ਲੋਕ ਪੁੱਤ ਸਿੱਧਾ ਹੋ ਕੇ ਰਹੋ, ਅੱਧਮਾਲੇ ਵਾਲਾ ਮੇਰੇ ਪੁੱਤ ਇੱਧਰਾਂ ਬੈਠੋ। ਫੁੱਲ ਝੜ ਗਏ ਜੀ, ਅਤੇ ਕਿਸੇ ਨੇ ਫਿਰ ਆਖਿਆ ਮਾੜਾ ਹੋਇਆ, ਮਾੜਾ ਹੋਇਆ ਤੇਰੇ। ਉਹਨੇ ਕਿਹਾ ਸਮੇਂ ਨਾਲ ਚੜ੍ਹਨੀ ਸੀ। ਉਹਨੇ ਕਿਹਾ ਫਿਰ ਤਾਂ ਮਾੜਾ ਹੋਇਆ, ਤੂੰ ਤਾਂ ਖਿੜੀਓਂ ਵੀ ਇੰਨਿਆਂ ਦਾ ਢਿੱਡ ਵੀ ਭਰਿਆ ਅਤੇ ਤੇਰੇ ਫੁੱਲ ਚੜ ਗਏ ਅਤੇ ਮਾੜਾ ਹੋਇਆ। ਕਹਿੰਦੀ ਨਹੀਂ ਨਹੀਂ ਮਾੜਾ ਨਹੀਂ ਹੋਇਆ, ਤੈਨੂੰ ਗੇਮ ਦਾ ਪਤਾ ਨਹੀਂ ਬਾਬਾ। ਉਹਨੇ ਅੱਗੋਂ ਬੂਟੇ ਨੇ ਆਖਿਆ ਬਾਬਾ ਤੈਨੂੰ ਇਹ ਫੁੱਲ ਚੜੇ ਨੇ ਅਤੇ ਵੇਖ ਤਾਂ ਸਹੀ, ਇੱਕ ਡੋਡੀ ਪੈ ਗਈ ਆ, ਡੋਡੀ ਪੈ ਗਈ, ਡੋਡੀ ਡੋਡੀ ਵਿੱਚ ਨੇ ਦਾਣੇ ਅਤੇ ਦਾਣਿਆਂ ਦੇ ਵਿੱਚੋਂ ਨਿਕਲਣਾ ਤੇਲ। ਆਖੋ ਵਾਹਿਗੁਰੂ, ਮੇਰਾ ਤਾਂ ਜੀਵਨ ਹੀ ਪਰ ਉਪਕਾਰ ਲਈ ਆ। ਨਹੀਂ ਹਾਂਜੀ, ਮੇਰਾ ਤਾਂ ਪਰ ਉਪਕਾਰ ਲਈ ਹੈ। ਪਹਿਲੋਂ ਉੱਗੀ ਅਤੇ ਸਾਗ ਤੋੜ ਕੇ ਲੋਕਾਂ ਨੇ ਢਿੱਡ ਭਰ ਢਿੱਡ ਭਰਿਆ। ਆਖੋ ਵਾਹਿਗੁਰੂ, ਵੱਡੀ ਹੋਈ ਅਤੇ ਲੋਕਾਂ ਨੂੰ ਸੁਹੱਪਣ ਵੰਡਿਆ। ਆ ਜਿਹੜੇ ਤੁਸੀਂ ਦੁਮਾਲੇ ਸਜਾਏ ਨੇ ਨਾ ਗੁਰੂ ਕੇ ਸਿੱਖਾਂ ਨੇ, ਅਜੇ ਉਸ ਪੀਰੀਅਡ ਵਿੱਚ ਹੋ ਜਦੋਂ ਲੋਕਾਂ ਨੂੰ ਸੁਹੱਪਣ ਵੰਡ ਰਹੇ ਹੋ। ਜਿਸ ਤਰ੍ਹਾਂ ਕੋਈ ਫੁੱਲ ਨੂੰ ਵੇਖ ਕੇ ਕਹਿੰਦੇ ਨੇ ਆਹ ਹਾ ਹਾ, ਇਸ ਤਰ੍ਹਾਂ ਮੇਰੀ ਧੀ ਦੇ ਦੁਮਾਲਾ ਵੇਖ ਕੇ ਸੱਚਮੁੱਚ ਤੁਸੀਂ ਨੈਗੇਟਿਵਿਟੀ ਨਾ ਰੱਖਿਆ ਕਰੋ। ਤੁਹਾਨੂੰ ਵੇਖ ਕੇ ਜੇ ਇੱਕ ਬੰਦੇ ਨੇ ਮੱਥਾ ਵੱਟਿਆ ਨਾ, ਤਾਂ ਪਤਾ ਨਹੀਂ ਕਿੰਨਿਆਂ ਨੂੰ ਚੇਤਿਆ ਆ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ। ਤੁਹਾਡੇ ਦੁਮਾਲੇ ਵੱਲ ਵੇਖ ਕੇ ਬੁੜੀਆ, ਉਹ ਬੁੜੀਆ ਕੀ ਕਰਦੇ, ਤੁਹਾਡੇ ਦੁਮਾਲੇ ਵੱਲ ਵੇਖ ਕੇ ਕਿੰਨਿਆਂ ਭੁੱਲਿਆਂ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਯਾਦ ਆਈ। ਪੋਜੀਟਿਵ ਰਿਹਾ ਕਰੋ, ਪੋਜੀਟਿਵ। ਆਖੋ ਵਾਹਿਗੁਰੂ, ਦੁਮਾਲਾ ਬੰਨ੍ਹ ਕੇ ਆਪਣੇ ਆਪ ਨੂੰ ਹੀਣ ਨਹੀਂ ਸਭ ਤੋਂ ਉੱਚੇ ਮੰਨਿਆ ਕਰੋ। ਮੇਰੇ ਸਿਰ ਨੇ, ਮੇਰੇ ਸਾਹਿਬ ਨੇ ਮੇਰੇ ਸਿਰ 'ਤੇ ਸਜਾਇਆ ਤਾਜ, ਅਤੇ ਮੈਨੂੰ ਵੇਖ ਕੇ ਆਵੇ ਸਾਹਿਬ ਚਿੱਤ। ਬੋਲੋ ਹਾਂ, ਤੇਰਿਆਂ ਤੇਰੇ ਕਿਸੇ ਦੁਮਾਲੇ ਵਾਲੇ ਨੂੰ ਵੇਖਿਆ ਅਤੇ ਗੁਰੂ ਗੋਬਿੰਦ ਸਿੰਘ ਦਾ ਬਾਬਾ ਅਜੀਤ ਸਿੰਘ ਚੇਤੇ ਆ ਗਿਆ। ਸੱਚਮੁੱਚੀ ਜੇ 100 ਦੇ ਵਿੱਚੋਂ 5 ਨੂੰ ਨਹੀਂ ਨਾ ਪਤਾ ਲੱਗਾ, ਅਤੇ 95 ਨੇ ਜ਼ਰੂਰ ਤੁਹਾਨੂੰ ਵੇਖ ਕੇ ਬਾਬਾ ਅਜੀਤ ਸਿੰਘ ਨੂੰ ਯਾਦ ਕੀਤਾ ਹੈ। ਨੋਟ ਕਰੋ ਤੁਹਾਡੀ ਉਮਰ ਦੇ। ਆਖੋ ਵਾਹਿਗੁਰੂ, ਸ਼ਾਨ ਸਮਝਿਆ ਕਰੋ ਬਾਜ਼ਾਰ ਵਿੱਚ ਸਿਰ 'ਤੇ ਦੁਮਾਲਾ ਸਜਾ ਕੇ, ਪੱਗ ਸਜਾ ਕੇ ਸਿਰ 'ਤੇ, ਅਤੇ ਸ਼ਾਨ ਸਮਝਿਆ ਕਰੋ। ਦਸਤ ਆਰ, ਦਸਤ ਆਰ, ਆਰ ਮਣੇ ਯਾਰ, ਦਸਤ ਮਣੇ ਹੱਥ। ਮੌਣ ਨਾਲ ਫਿਰਿਆ ਕਰੋ ਬਾਜ਼ਾਰਾਂ 'ਚ, 24 ਘੰਟੇ ਮੇਰੇ ਸਿਰ 'ਤੇ ਮੇਰੇ ਯਾਰ ਗੁਰੂ ਗੋਬਿੰਦ ਸਿੰਘ ਦਾ ਹੱਥ ਹੈ। ਮੇਰੇ ਸਿਰ 'ਤੇ 1 ਘੰਟੇ ਲਈ ਨਹੀਂ ਰੱਖਿਆ, 24 ਤਾਂ ਹੀ ਤਾਂ ਕਿਹਾ 5 ਪਿਆਰੇ ਸਾਹਿਬਾਨਾਂ ਨੇ। ਆਖੋ ਵਾਹਿਗੁਰੂ, ਵੀ ਰਾਤ ਨੂੰ ਵੀ ਸਿਰ ਤੋਂ ਦਸਤਾਰ ਨਹੀਂ ਉਤਾਰਨੀ, ਛੋਟੀ ਦਸਤਾਰ ਭਾਵੇਂ ਹੋਵੇ, ਕੇਸ ਢੱਕ ਕੇ ਰੱਖਣੇ ਨੇ, ਕਿਉਂਕਿ ਇਹ ਯਾਰ ਦਾ ਹੱਥ ਹੈ। ਬਹੁਤ ਸਾਰੀਆਂ ਰੂਹਾਂ ਨੇ ਜਿਹੜੀਆਂ ਕਹਿੰਦੀਆਂ ਰਾਸਾਂ ਨੂੰ ਡਰ ਆਉਂਦਾ, ਆਉਂਦੀਆਂ ਕਿ ਨਹੀਂ ਬੋਲੋ ਜੀ। ਆਖੋ ਵਾਹਿਗੁਰੂ, ਮਗਰ ਕਿਸੇ ਦਸਤਾਰ ਵਾਲੇ ਨੂੰ, ਕਿਸੇ ਮੇਰੀ ਧੀ ਦਸਤਾਰ ਵਾਲੀ ਨੇ ਤਾਂ ਨਹੀਂ ਆਖਿਆ ਮੈਨੂੰ ਰਾਤ ਨੂੰ ਡਰ ਆਉਂਦਾ ਹੈ। ਕਿਉਂ? ਗੁਰੂ ਗੋਬਿੰਦ ਸਿੰਘ ਦਾ ਹੱਥ ਹੈ ਸਿਰ 'ਤੇ, ਅਤੇ ਉਹਨੇ ਸਰੋਂ ਨੇ ਆਖਿਆ। ਆਖੋ ਵਾਹਿਗੁਰੂ, ਮੇਰੇ ਪੱਤੇ ਜਾਂਦੇ ਰਹੇ ਸੁਹੱਪਣ, ਕੋਈ ਗੱਲ ਨਹੀਂ ਬਾਪੂ, ਮੈਂ ਨਿੱਕੀ ਜਿਹੀ ਹੁੰਦੀ ਨੇ ਸਾਗ ਵੰਡਿਆ,
ਹਾਜ਼ਰ ਹੋ, ਨਿੱਕੀ ਜੀ ਹੁੰਦੀ ਨੇ ਵੱਡੀ ਹੋਈ ਨੇ ਸੁਹਾਪਣ ਵੰਡਿਆ, ਅਤੇ ਹੁਣ ਜਿਹੜਾ ਮੇਰੇ ਵਿੱਚੋਂ ਦਾਣੇ ਨਿਕਲੇ ਉਹਨਾਂ ਵਿੱਚੋਂ ਨਿਕਲਣਾ ਤੇਲ, ਅਤੇ ਬਾਬਾ ਤੇਲ ਤੋਂ ਬਾਅਦ ਵੀ ਮੈਂ ਆਪਣਾ ਪਰਉਪਕਾਰ ਨਹੀਂ ਛੱਡਿਆ, ਜਿਹੜਾ ਮੇਰਾ ਫੋਕਟ ਸੀ ਨਾ ਉਹਨੂੰ ਖਲ ਕਹਿੰਦੇ, ਖਲ ਕਹਿੰਦੇ, ਅਤੇ ਜਿਹੜੇ ਪਸ਼ੂ ਬਿਰਤੀ ਵਾਲੇ ਨੇ ਨਾ ਮੇਰੇ ਖਲ ਤੋਂ ਉਹਨਾਂ ਨੇ ਵੀ ਰੱਜਣਾ ਹੈ, ਪਸ਼ੂ ਰੱਜਦੇ ਕਿ ਨਹੀਂ ਖਲਣਾ, ਆਖੋ ਵਾਹਿਗੁਰੂ, ਅਤੇ ਖਲਵਾਨ ਖਾਣ ਵਾਲੀ ਮੱਝ ਜਿਹੜੀ ਉਹ ਦੁੱਧ ਜ਼ਿਆਦਾ ਦਿੰਦੀ, ਉੱਥੋਂ ਤੱਕ ਵੀ ਪਰਉਪਕਾਰ ਹੈ ਸਰੋਂ ਕੋਲ, ਅਤੇ ਬਾਬਾ ਜਿਨ੍ਹਾਂ ਦਾ ਜਨਮਾਂ ਤੋਂ ਮੂੰਹ ਸੁੱਕਾ ਸੀ ਨਾ, ਨਹੀਂ ਪਤਾ ਲੱਗਾ ਜਨਮਾਂ ਦਾ, ਮੇਰਾ ਤੇਲ ਉਹਨਾਂ ਦੇ ਮੂੰਹ ਵੀ ਹਰੇ ਕਰੂ, ਸਰੋਂ ਕੋਲੋਂ ਪੁੱਛ ਲਓ ਮੇਰੀਓ ਬੱਚੀਓ, ਤਿੰਨ ਮਹੀਨਿਆਂ ਵਾਲੀਏ ਭਾਗਾਂ ਵਾਲੀਏ ਤੋਂ ਤਿੰਨ ਮਹੀਨਿਆਂ 'ਚ ਕਿੰਨੇ ਕੁਝ ਪਰਉਪਕਾਰ ਕਰ ਗਈ ਹੋ, ਇੱਧਰ ਮੈਂ 17-67 ਸਾਲਾਂ ਦਾ, 17 ਸਾਲਾਂ ਦਾ, ਮੇਰੇ ਵਿੱਚੋਂ ਬਿਨਾਂ ਈਰਖਾ ਨਿੰਦਾ ਦਵੈਤ ਕੱਖ ਨਹੀਂ ਨਿਕਲਿਆ, ਹੱਥ ਜੋੜੋ ਮਹਾਰਾਜ, ਜਿਹੜਾ ਅੱਜ ਤੁਹਾਡੇ ਸੇਵਾਦਾਰ ਨੇ ਅਨੰਦਪੁਰ ਸਾਹਿਬ ਤੋਂ ਆਣ ਕੇ ਵਚਨ ਕਿਹਾ, ਸ਼ਬਦ ਹੈ ਸਦਾ ਬਸੰਤ ਹੈ, ਉਹ ਸਦਾ ਵਾਲੀ ਬਸੰਤ ਮੈਨੂੰ ਵੀ ਬਖਸ਼ ਦੇਣਾ, ਵਾਹਿਗੁਰੂ 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 ਬਖਸ਼ ਦੂੰਗਾ, ਵਾਹਿਗੁਰੂ 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 ਸੁਰਤ ਦਾ ਜੁੜ ਜਾਣਾ, ਸਾਨੂੰ ਦਾ ਉਖਲਾਉਣਾ, ਅਮਲ ਕਰ ਧਰਤੀ, ਅਮਲ ਅਤੇ ਬੀਜ, ਬਸ ਆ ਗਿਆ ਤੁਹਾਡਾ ਸਵਾਲ ਹੱਲ ਹੋ ਗਿਆ, ਰਹਿਤ ਦੀ ਧਰਤੀ ਬਣਾ ਕੇ ਸਰੀਰ, ਇਹਦੇ ਵਿੱਚ ਸ਼ਬਦ ਦਾ ਬੀਜ ਪਾ, ਇੰਨੀ ਗੱਲ ਰੱਖੀ ਇਹਨੇ ਸੁੱਕ ਜਾਣਾ ਹੀ, ਜਿੱਦਣ ਤੂੰ ਝੂਠ ਬੋਲਤਾ, ਕੀ ਝੂਠ ਬੋਲਤਾ, ਐਸੀ ਧੁੱਪ ਲੱਗੂਗੀ ਇਹਨੂੰ, ਇਹ ਬੀਜ ਉੱਗਣ ਤੋਂ ਰਹਿ ਜਾਣਾ, ਬੀਜ ਵੀ ਚੰਗਾ ਹੈ, ਯੂਨੀਵਰਸਿਟੀ 'ਚੋਂ ਆਇਆ ਹੈ, ਗੁਰੂ ਨਾਨਕ ਦੀ 'ਚੋਂ ਆਇਆ, ਦਰਗਾਹ 'ਚੋਂ ਆਇਆ, ਚੌਂਕੜਾ ਮਾਰ ਲਓ, ਦਰਗਾਹ 'ਚੋਂ ਆਇਆ, ਦਰਗਾਹ 'ਚੋਂ ਆਇਆ, ਇਹ ਬੀਜ ਕਿਸੇ ਬਾਬੇ ਦਾ ਨਹੀਂ ਗਾ, ਬਾਬਾ ਪਹਿੰਦਾ ਸੱਚਖੰਡ, ਸੱਚਖੰਡ ਵਿੱਚੋਂ ਨੌਨੇ ਦੇ ਨਾਮ ਗਰੀਬੀ ਲੈ ਕੇ ਆਇਆ, ਸੱਚਖੰਡ 'ਚੋਂ ਲਿਆਂਦਾ, ਬੀਜ ਖਰਾਬ ਨਹੀਂ ਹੁੰਦਾ, ਮਗਰ ਇੱਕ ਗੱਲ ਨੋਟ ਕਰੀ, ਪਾਣੀ ਦੀ ਜਗ੍ਹਾ 'ਤੇ ਤੇਜ਼ਾਬ ਨਾ ਪਾ ਦੇਈਂ, ਝੂਠ ਬੋਲਣਾ ਸਮਝ ਲਓ ਪਾਣੀ ਦੀ ਜਗ੍ਹਾ 'ਤੇ ਤੇਜ਼ਾਬ ਪਾਉਣਾ ਹੈ, ਬੂਟਾ ਸੜਦਾ ਹੈ, ਜਿਹੜਾ ਬੰਦਾ ਝੂਠ ਬੋਲਦਾ ਅਤੇ ਨਾਮ ਵੀ ਜਪਦਾ ਉਹਦਾ ਨਾਮ ਕਦੀ ਪ੍ਰਫੁੱਲਤ ਨਹੀਂ ਹੋ ਸਕਦਾ, ਮਿਥਿਆ ਨਾ ਹੀ, ਆਪਣੀ ਰਸਨਾ ਨੂੰ ਸਭ ਤੋਂ ਪਹਿਲਾਂ ਇਹ ਧਰਮ ਬਣਾਉਣਾ ਵੀ ਮੈਂ ਭੁੱਖਾ ਰਹਿ ਜਾਂ, ਮੈਂ ਦੁੱਖ 'ਚ ਰਹਿ ਜਾਂ, ਸੁੱਖ 'ਚ ਰਹਿ ਜਾਂ, ਮਗਰ ਮੈਂ ਝੂਠ ਨਹੀਂ ਬੋਲਣਾ,
ਬੋਲੋ ਭਲਾ ਮੈਂ ਨਿੱਕੀ ਨਿੱਕੀ ਗੱਲ ਤੋਂ ਬੀਜੀ ਬੋਲੀ ਜਾਂਦਾ ਨਾ ਲੋਕੀ ਘਰ ਵਿੱਚ ਬੈਠਾ ਹੈ ਬੱਚੇ ਨੇ ਆਣ ਕੇ ਆਖਿਆ ਡੈਡੀ ਫੋਨ ਆਇਆ ਸੁਣਿਓ ਬੱਚੇ ਨੇ ਆਣ ਕੇ ਦੂਸਰੇ ਕਮਰੇ 'ਚ ਕੀ ਆਖਿਆ ਹੱਥ 'ਚ ਗੁੜਕਾ ਹੈ ਬਾਣੀ ਪੜ੍ਹਦਿਆ ਹੈ ਧਿਆਨ ਦਿਓ ਬਾਣੀ ਪੜ੍ਹਦਿਆ ਹੈ ਅਤੇ ਬੱਚੇ ਨੇ ਆਣ ਕੇ ਆਖਿਆ ਪਾਪਾ ਫੋਨ ਆਇਆ ਫਲਾਣੇ ਦਾ ਕਹਿੰਦੇ ਘਰ ਨਹੀਂ ਸ਼ੁਰੂਆਤ ਹੋ ਗਈ ਬੱਚੇ ਦੇ ਅੰਦਰ ਇੱਕ ਗਹਿਰਾ ਬੀਜ ਉੱਗ ਖਲੋਤਾ ਵੀ ਝੂਠ ਬੋਲ ਲਈਦਾ ਮੇਰਾ ਬਾਬਾ ਬੋਲ ਰਿਹਾ ਹੱਥ 'ਚ ਗੁਟਕਾ ਫੜ ਕੇ ਨਹੀਂ ਪਤਾ ਲੱਗਾ ਮੇਰਾ ਪਾਪਾ ਹੱਥ ਵਿੱਚ ਪੋਥੀ ਫੜ ਕੇ ਜੇ ਝੂਠ ਬੋਲ ਰਿਹਾ ਨਾ ਤਾਂ ਝੂਠ ਬੋਲਣਾ ਮਨਾ ਨਹੀਂ ਬਸ ਫਿਰ ਸ਼ੁਰੂਆਤ ਹੋ ਗਈ ਝੂਠ ਦੀ ਬੂਟਾ ਤਾਂ ਅਸਲੀ ਸੀ ਬੀਜ ਵੀ ਅਸਲੀ ਸੀ ਮਗਰ ਪਾਣੀ ਦੀ ਜਗ੍ਹਾ 'ਤੇ ਤੇਜ਼ਾਬ ਪੈਣਾ ਸ਼ੁਰੂ ਹੋ ਗਿਆ ਜਿਹੜੇ ਲੋਕ ਐਵੇਂ ਨਹੀਂ ਬਾਬੇ ਨੇ ਕਿਹਾ ਬੋਲੀਏ ਸੱਚ ਧਰਮ ਨਾ ਨਾ ਬੋਲੀਏ ਇੰਨਾ ਸਖਤੀ ਨਾ ਝੂਠ ਇੰਨਾ ਪਾਓ ਹਜ਼ਾਰ ਪਿਛਲੇ ਸ਼ਬਦ ਨੂੰ ਪੜ੍ਹੋ ਝੂਠ ਅਤੇ ਕੌਣ ਹੈ ਲੀਡਰ ਝੂਠ ਬੋਲੀ ਜਾਂਦਾ ਹੈ ਜਥੇਦਾਰ ਝੂਠ ਬੋਲੀ ਜਾਂਦਾ ਹੈ ਸਿੰਘ ਸਾਹਿਬ ਝੂਠ ਬੋਲੀ ਜਾਂਦਾ ਹੈ ਰਾਗੀ ਝੂਠ ਬੋਲੀ ਜਾਂਦਾ ਹੈ ਪ੍ਰਚਾਰਕ ਝੂਠ ਬੋਲੀ ਜਾਂਦਾ ਹੈ ਬਾਬੇ ਝੂਠ ਬੋਲੀ ਜਾਂਦੇ ਨੇ ਪਕੜ ਰਹੇ ਹੋ ਗਿਣ ਰਹੇ ਹੋ ਆਖੋ ਵਾਹਿਗੁਰੂ ਫਿਰ ਤੁਸੀਂ ਕਿੱਥੋਂ ਸੱਚ ਦੀ ਉਮੀਦ ਕਰੋਗੇ ਲੱਗਦੇ 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 ਫਿਰ ਤੁਸੀਂ ਕਹੋਗੇ ਜੇ ਮਹਾਂਪੁਰਸ਼ ਵੀ ਝੂਠ ਬੋਲ ਸਕਦੇ ਹਨ ਤਾਂ ਝੂਠ ਬੋਲਣਾ ਜਾਇਜ਼ ਆ ਤੁਸੀਂ ਇਸ ਬਾਬੇ ਕੋਲੋਂ ਪੁੱਛੋ ਆਖੋ ਵਾਹਿਗੁਰੂ ਜਿਹੜਾ ਸਭ ਤੋਂ ਵੱਡਾ ਹੈਂਡਿੰਗ ਲਿਖਦਾ ਹੈ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਜੇ ਤਾਂ ਤੁਸੀਂ ਬਾਬਾ ਮੰਨਿਆ ਇਹਨੂੰ ਤਾਂ ਫਿਰ ਕਦੀ ਝੂਠ ਨਹੀਂ ਬੋਲੋਗੇ ਆਖੋ ਵਾਹਿਗੁਰੂ ਤੁਹਾਡੇ ਪੰਜਾਬ ਦਾ ਨਹੀਂ ਸਾਰੀ ਦੁਨੀਆ ਦਾ ਲੀਡਰ ਝੂਠ ਬੋਲੀ ਜਾਂਦਾ ਹੈ ਵਪਾਰੀ ਝੂਠ ਬੋਲੀ ਜਾਂਦਾ ਹੈ ਔਰਤ ਝੂਠ ਬੋਲੀ ਜਾਂਦੀ ਆ ਮਰਦ ਝੂਠ ਬੋਲੀ ਜਾਂਦੇ ਫਿਰ ਕਹਿੰਦੇ ਜੀ ਬਾਬੇ ਨਾਨਕ ਦਾ ਬੀਜ ਨਹੀਂ ਉੱਗਦਾ ਬੀਜ ਤਾਂ ਸਾਰਿਆਂ ਦੇ ਅੰਦਰ ਆ ਆਖੋ ਵਾਹਿਗੁਰੂ ਬੀਜ ਪਾਉਣਾ ਨਹੀਂ ਪੈਣਾ ਨੌਂ ਨੇ ਤਾਂ ਅੰਮ੍ਰਿਤ ਕਿੱਥੇ ਆ ਦੇਹੀ ਵਿੱਚ ਬੀਜ ਹੈਗਾ ਹੈ ਮਗਰ ਉੱਗਦਾ ਤਾਂ ਨਹੀਂ ਝੂਠਦਾ ਤੇਜ਼ਾਬ ਪਈ ਜਾਂਦਾ ਉੱਤੇ ਸੜੀ ਜਾਂਦਾ ਹੈ ਅਤੇ ਸੱਚਮੁੱਚੀ ਸੜ ਕੇ ਹੀ ਇਹ ਜ਼ਿੰਦਗੀ ਬਰਬਾਦ ਕਰਕੇ ਇਨਸਾਨ ਇਸ ਧਰਤੀ ਤੋਂ ਤਾਂ ਲਿਖਿਆ ਸੀ ਗੁਰਮੁਖ ਲਾਹਾ ਲੈ ਗਏ ਅਤੇ ਜਿਹੜੇ ਝੂਠ ਬੋਲਣ ਵਾਲੇ ਮੇਰੇ ਵਰਗੇ ਮਨਮੁੱਖ ਚੱਲੇ ਮੂਲ ਗਵਾਏ ਦਿਓ ਗੁਰੂ ਕੇ ਸਿੱਖੋ ਹੱਥ ਜੋੜ ਕੇ ਬੇਨਤੀ ਆ ਸ਼ਬਦ ਦੀ ਕਮਾਈ ਕਰੋ ਸ਼ਬਦ ਅਗਵਾਈ ਦੇ ਰਿਹਾ ਹੈ ਜਿਹੜਾ ਜਿਹੜਾ ਸ਼ਬਦ ਦਾ ਜਾਪ ਮੇਰੀ ਉਹ ਧੀ ਉਹ ਬੱਚੇ ਉਹ ਕਰੂਗਾ ਉਹਦੀ ਜ਼ਿੰਦਗੀ 'ਚ ਇੱਕ ਘੰਟੇ ਦਾ ਨਹੀਂ ਇੱਕ ਸਾਲ ਦਾ ਨਹੀਂ ਇੱਕ ਦੋ ਸਾਲ ਦਾ ਨਹੀਂ 70 ਸਾਲ ਦਾ ਨਹੀਂ ਸ਼ਬਦ ਹੈ ਸਦਾ ਬਸੰਤ ਹੈ ਬੋਲੋ ਸ਼ਬਦ ਹੈ ਆ ਤੁਹਾਡੇ ਕੋਲੋਂ 75-80 ਸਾਲ ਦਾ ਬਜ਼ੁਰਗ ਉੱਠਿਆ ਦਾੜਾ ਚਿੱਟਾ ਕਿਸੇ ਨੇ ਕੰਨ ਵਿੱਚ ਆਣ ਕੇ ਕਿਹਾ ਬਾਬਾ ਹਰਿਮੰਦਰ ਦੀ ਬੇਦਬੀ ਹੋ ਗਈ ਅਤੇ ਬਾਬੇ ਦੇ ਅੰਦਰ ਖਿੜਿਆ ਸੀ ਬਸੰਤ ਬਾਬੇ ਨੇ ਗਲ ਵਿੱਚ ਪਾਇਆ ਪੱਲਾ ਜਾ ਕੇ ਸਾਹਿਬ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੇ ਦੋ ਬਚਨ ਕਹੇ ਵੀ ਇਹ ਬਚਨ ਮੇਰੇ ਕੰਨਾਂ 'ਚ ਪੈ ਜੇ ਖਿੜਿਆ ਸੀ ਨਾ ਕੀ ਸੀ ਸਾਡੇ ਵਾਂਗੂ ਬੁਝਿਆ ਥੋੜ੍ਹਾ ਸੀ ਮੈਂ ਕੀ ਕਰ ਸਕਦਾ ਉਹ 24 ਘੰਟੇ ਖਿੜਿਆ ਸੀ ਨਾਨਕ ਲਾਲੋ ਲਾਲ ਹੈ ਲਾਲੋ ਲਾਲ ਹੋਈ ਰੂਹ ਨੇ ਉਸੇ ਵੇਲੇ ਗੱਲ 'ਚ ਪੱਲਾ ਪਾ ਕੇ ਧੰਨ ਗੁਰੂ ਗ੍ਰੰਥ ਸਾਹਿਬ ਨੂੰ ਕਿਹਾ ਇਹ ਮੇਰੇ ਕੰਨਾਂ 'ਚ ਬਚਨ ਪੈ ਗਿਆ ਵੀ ਹਰਿਮੰਦਰ ਸਾਹਿਬ ਦਾ ਪਰਿਕਰਮਾ ਸਾਰਾ ਕੁਝ ਢਾਹ ਕੇ ਉਹਨਾਂ ਨੇ ਹਰਿਮੰਦਰ ਢਾਹ ਕੇ ਤੋਪਾਂ ਦੇ ਗੋਲਿਆਂ ਨਾਲ ਅਤੇ ਬਾਬਾ ਉੱਥੇ ਘੋੜਿਆਂ ਦੀ ਲਿੱਦ ਪਾ ਪਾ ਕੇ ਸਰੋਵਰ ਪੂਰ ਦਿੱਤਾ ਹੈ
ਉੱਥੋਂ ਦੇ ਕੇਸਰੀ ਨਿਸ਼ਾਨ ਉਹਨਾਂ ਹਟਾਤੇ ਨੇ, ਉੱਥੇ ਹੈਦਰੀ ਮੁਸਲਮਾਨਾਂ ਦੇ ਨਿਸ਼ਾਨ ਝੁੱਲ ਗਏ ਨੇ ਤੇਰੇ ਹਰਿਮੰਦਰ ਦੇ ਵਿੱਚ, ਅਤੇ ਖਿੜਿਆ ਉੱਠਿਆ, ਖਿੜੇ ਨੇ ਖਿੜੀਆਂ ਗੱਲਾਂ ਕੀਤੀਆਂ, ਅੱਖ ਖਿੜੇ ਨੇ ਜਾ ਕੇ ਅੱਖਾਂ 'ਚ ਅੱਖਾਂ ਪਾ ਕੇ, ਜਿਉਂਦਾ ਜਾਗਦਾ ਗੁਰੂ ਜਾਣ ਕੇ ਸਭੋ ਕੀ ਤਲਵੰਡੀ ਸਾਹਿਬ ਗੁਰੂ ਗ੍ਰੰਥ ਸਾਹਿਬ ਨੇ ਵਚਨ ਕੀਤੇ। ਇਹ ਬੋਲ ਸੁਣਨ ਤੋਂ ਪਹਿਲਾਂ ਮੈਂ ਮਰ ਕੇ ਉਹਨਾਂ ਗਿਆ, ਮੇਰੇ ਕੰਨਾਂ 'ਚ ਗੱਲ ਪਵੇ ਵੀ ਹਰਿਮੰਦਰ ਦੀ ਬੇਅਦਬੀ ਹੋ ਗਈ, ਇਹ ਤੋਂ ਪਹਿਲਾਂ ਮੈਂ ਮਰ ਕੇ ਉਹਨਾਂ ਗਿਆ, ਹੁਣ ਮੈਨੂੰ ਅਸੀਸ ਦੇ, ਮੈਂ ਮਰੂੰ ਤਾਂ ਹਰ ਕੇ ਦੁਆਰ, ਮਰਾਂ ਤਾਂ ਸਹੀ ਮਗਰ ਉੱਥੋਂ ਤੱਕ ਪਹੁੰਚ ਕੇ। ਇਹ ਖਿੜੇ ਦੀ ਨਿਸ਼ਾਨੀ ਆ, ਖਿੜਦਾ ਕੌਣ ਆ, ਜਿਹੜਾ ਸ਼ਬਦ ਦਾ ਜਾਪ ਕਰਦਾ। ਬੋਲੋ ਨਾ ਇੱਕ ਵਾਰ, ਸ਼ਬਦ ਸਰਾਧ ਕਰਨ ਵਾਲਾ ਨਹੀਂ, ਮੈਨੂੰ ਲੱਭ ਕੇ ਲਿਆ ਦਿਓ, ਜਿਹਨੇ ਸਾਰੀ ਉਮਰ ਦੀਆਂ ਮੱਸਿਆ ਸਿੱਖੀਆਂ ਨੇ ਇੱਕ ਖਿੜਿਆ ਲਿਆ ਦਿਓ, ਮੇਰਾ ਸਿਰ ਲਾ ਦਿਓ, ਸਾਰੀ ਉਮਰ ਦੀਆਂ ਪੂਰਨਮਾਸ਼ੀਆਂ ਮਨਾਉਣ ਵਾਲਾ ਇੱਕ ਵੀ ਖਿੜਿਆ ਲੱਭ ਕੇ ਲਿਆ ਦਿਓ, ਮੇਰਾ ਸਿਰ ਲਾ ਦਿਓ, ਸਾਰਾ ਜੀਵਨ ਪੁੰਨ ਦਾਨ ਜਰਸੀਆਂ ਵੰਡਣ ਵਾਲਾ ਇੱਕ ਵੀ ਖਿੜਿਆ ਬੰਦਾ ਲੱਭ ਲਿਆਇਓ, ਮੇਰਾ ਸਿਰ ਹਾਜ਼ਰ ਹੈ, ਲਾ ਦਿਓ। ਮਗਰ ਮੈਂ ਤੁਹਾਨੂੰ ਅਨੰਤ ਰੂਹਾਂ ਵਿਖਾਉਣਾ ਜਿਹਨਾਂ ਸ਼ਬਦ ਦਾ ਜਾਪ ਕੀਤਾ ਹੈ, ਅਤੇ ਖਿੜ ਗਈਆਂ ਬੜੀਆਂ ਖਿੜੀਆਂ, ਬੜੀਆਂ ਖਿੜੀਆਂ। ਅੱਖ ਵਾਹਿਗੁਰੂ ਜੇਲ੍ਹ ਦੇ ਵਿੱਚ ਭਾਈ ਹਰਜਿੰਦਰ ਸਿੰਘ ਅਤੇ ਭਾਈ ਸੁਖਦੇਵ ਸਿੰਘ ਸੁੱਖੇ ਨੇ ਲਗਾਤਾਰ ਬਾਣੀ ਪੜ੍ਹੀ ਅਤੇ ਫਾਂਸੀ ਦੇ ਰੱਸੇ ਨੂੰ ਚੁੰਮਿਆ। ਉਹ ਖੇੜਾ ਸੀ ਭਾਈ ਜਿੱਥੇ ਮੌਤ ਵੀ ਜ਼ਿੰਦਗੀ ਬਣ ਜਾਂਦੀ। ਅੱਖ ਵਾਹਿਗੁਰੂ ਇਹ ਖੇੜਾ ਕਾਹਦੇ ਵਿੱਚ ਆਉਂਦਾ ਹੈ? ਵਾਹਿਗੁਰੂ 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 ਜਿਗਰੋ 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 ਵਾਹਿਗੁਰੂ 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 ਬੜਾ ਆਨੰਦ ਆਇਆ, ਬੜਾ ਆਨੰਦ, ਕੋਈ ਇੱਕ ਬੂੰਦ ਹੀ ਬੜੀ। ਇੱਕ ਵਚਨ ਕਹਿ ਕੇ ਸਮਾਪਤੀ ਕਰਦਾ, 9 ਵਜ ਗਏ, ਤੁਸੀਂ ਦੂਰ ਦੂਰ ਜਾਣਾ ਹੈ, ਜਾਣਾ ਕਿ ਰਹਿਣਾ ਹੈ, ਜਾਣਾ ਹੈ। ਬੜਾ ਸੋਹਣੇ ਸ਼ਬਦ ਨੇ, ਲਾਲਨ ਰਾਵਿਆ ਕਮਣ ਗਤੀਰੀ ਆਉਂਦਾ, ਜੇ ਸ਼ਬਦ ਕਿਸੇ ਮੱਥ ਖੜਾ ਕਰਾਉਂ ਬੋਲਾ ਸ਼ਬਦ। ਲਾਲਨ, ਲਾਲਨ ਮੈਨੇ ਵਾਹਿਗੁਰੂ, ਰਾਵਿਆ ਮੈਨੇ ਖੁਸ਼ ਕੀਤਾ। ਕੋਈ ਇੱਕ ਦੁਹਾਗਣ ਜਿਹੜੀ ਖਿੜੀ ਨਹੀਂ, ਉਹ ਖਿੜੀ ਨੂੰ ਪੁੱਛਣ ਲਈ ਲਾਲਨ ਰਾਵਿਆ ਕਮਨ ਗਤੀਰੀ, ਗਤੀ ਮੈਨੇ ਮਰਿਆਦਾ, ਗਤੀ ਮੀਨ ਕੀ ਮਰਿਆਦਾ ਪਾਲੀ ਉਹਨੀ, ਖਿੜ ਗਈ ਹੈ ਸਖੀ। ਬੜੇ ਸੋਹਣੇ ਸ਼ਬਦ ਹੈ ਸਖੀ, ਬੋਲੋ ਨਹੀਂ ਨਾ, ਪਿਆਰ ਨਾਲ ਨਹੀਂ ਆਖਿਆ, ਬਤਾਵੋ ਮੁਝੇ ਮਤੀਰੀ, ਨਹੀਂ ਬਤਾਵੋ ਮੈਨੂੰ ਵੀ ਉਹ ਮਤ ਦੱਸ ਨੀ, ਤੂੰ ਕਿਤੇ ਨਾ ਖਿੜੀ ਹੈ, ਪਤਾ ਲੱਗਾ ਰੀ ਤੂੰ ਕੀ ਕੀਤਾ, ਕੀ ਮਰਿਆਦਾ ਪਾਲੀ। ਅਸੀਂ ਤਾਂ ਘੜਿਆਂ 'ਚ ਪਾਣੀ ਪਾ ਕੇ ਸਰਾਣੇ ਰੱਖਿਆ, ਹੋਇਆ ਹੀ ਕੁਛ ਨਹੀਂ। ਅਸੀਂ ਤਾਂ ਦੇਸੀ ਘਿਓ ਦੀਆਂ ਜੋਤਾਂ ਘਰ ਜਗਾਈਆਂ, ਹੋਇਆ ਹੀ ਕੁਛ ਨਹੀਂ। ਸੱਚ ਹੈ ਕਿ ਝੂਠ ਬੋਲੋ?
ਨਹੀਂ ਤਾਂ ਬਹੁਤ ਸਾਰੇ ਲੋਕ ਨੇ ਤੁਹਾਡੇ ਵਿੱਚੋਂ ਜਿਹੜਾ ਬਾਬਾ ਦੀਪ ਸਿੰਘ ਦੀਆਂ ਜੋਤਾਂ ਜਗਾਈਆਂ ਬਣ ਗਏ ਉਹ ਦੀਪ ਸਿੰਘ ਵਰਗੇ, ਤੁਹਾਨੂੰ ਪਟਕਾ ਦਿੱਤਾ ਗਿਆ। ਨਾਮ ਦੀ ਜੋਤ ਲਗਾਉਣੀ ਸੀ, ਸਵੇਰੇ ਉੱਠ ਕੇ ਘੰਟਿਆਂ ਬੱਧੀ ਵਾਹਿਗੁਰੂ ਗੁਰਮੰਤਰ ਵਿੱਚ ਡੁੱਬ ਜਾਣਾ ਸੀ। ਸਖੀ ਬਤਾਵੋ ਮੁਝੇ ਮਤੀ ਰੀ, ਅਤੇ ਫਿਰ ਬੜਾ ਸੋਹਣਾ ਕਹਿੰਦੀ ਸੁਹਬ ਸੁਹਬ ਸੁਹਬੀ, ਬੋਲੋ ਬੋਲਾ ਮਤਲਬ ਸੂਈ ਹੋ ਗਈ ਏ ਉਹਦੇ ਰੰਗ ਵਿੱਚ, ਇੰਨਾ ਰੰਗ ਚੜ ਗਿਆ ਈ ਤੇਰੇ ਮੂੰਹ ਵੱਲ ਵੇਖਿਆ ਅਤੇ ਸੂਰਜ ਵੱਲ ਵੇਖਿਆ, ਇਸ ਤਰ੍ਹਾਂ ਪਤਾ ਲੱਗਦਾ ਸੂਰਜ ਫਿੱਕਾ ਏ ਅਤੇ ਤੂੰ ਚੜ੍ਹਦੀ ਕਲਾ 'ਚ। ਇਹ ਰੰਗ ਕਿੱਥੋਂ ਚੜਿਆ ਹੀ ਨਹੀਂ ਆਪਣੇ ਪ੍ਰੀਤਮ ਕੇ ਰੰਗ ਰੱਤੀ, ਆਪਣੇ ਪ੍ਰੀਤਮ ਦੇ ਰੰਗ ਵਿੱਚ ਰੰਗੀ ਗਈ ਹੈ। ਜਪ ਤਪ ਸੰਜਮ ਜਿੰਨਾ ਮੈਂ ਅੱਜ ਤੱਕ ਕਮਾਇਆ ਹੈ, ਜਪ ਕੀਤਾ ਹੈ, ਤਪ ਕੀਤਾ ਹੈ, ਸੰਜਮ ਰੱਖੇ, ਦਿਉਂ ਜਤੀ ਰੀ, ਦਿਉਂ ਬੋਲੋ ਤੁਸੀਂ ਤਾਂ ਫੜੋ ਗੁਰੂ ਕੇ ਸਿੱਖ, ਜਿੰਨਾ ਮੇਰੇ ਕੋਲ ਜਪ ਆ, ਜਿੰਨਾ ਮੇਰੇ ਕੋਲ ਤਪ ਆ, ਜਿੰਨੇ ਮੇਲੇ ਤਰੀਕੇ ਮੈਂ ਅਪਣਾ ਅਪਣਾ ਕੇ ਅੱਜ ਤੱਕ ਵੱਡਾ ਹੋਇਆ, ਮੈਂ ਤੈਨੂੰ ਸਭ ਕੁਛ ਦੇਣ ਨੂੰ ਤਿਆਰ ਹਾਂ, ਮਗਰ ਇੱਕ ਨਿਮਖ ਮਿਲਾਓ ਮੁਝੇ ਪ੍ਰਾਣ ਪਤੀ, ਇੱਕ ਅੱਖ ਦੇ ਫਰੱਕੇ ਜਿੰਨਾ ਸਮਾਂ ਕਿਤੇ ਮਿਲਾ ਦੇ ਨਾ ਕਲਗੀਆਂ ਵਾਲੇ ਪਾਤਸ਼ਾਹ ਨੂੰ, ਕਿਹਨੂੰ ਮਿਲਾ ਦੇ ਨਾ ਇੱਕ ਅੱਖ ਦਾ ਫਰਿੱਕਾ, ਅਤੇ ਸੱਚੀ ਮੁੱਚੀ ਜਿਹਨੂੰ ਇੱਕ ਵਾਰ ਅੱਖ ਦੇ ਫਰੱਕੇ ਜਿੰਨਾ ਵੇਖਿਆ ਹੋਵੇ ਨਾ ਉਹਦੀ ਯਾਦ ਨਹੀਂ ਭੁੱਲਦੀ, ਫਿਰ ਉਹ ਅੱਖਾਂ ਵਿੱਚ ਵੱਸ ਜਾਂਦਾ, ਉਹ ਚੇਤਨਤਾ ਵਿੱਚ ਵੱਸ ਜਾਂਦਾ। ਆਖੋ ਵਾਹਿਗੁਰੂ ਕੀ ਕਿਹਾ, ਉਹ ਅੱਖਾਂ ਵਿੱਚ ਅਤੇ ਚੇਤਨ ਚੱਜ, ਫਿਰ ਉਹ ਕਿਤੇ ਨਹੀਂ ਜਾਂਦਾ। ਇੱਕ ਵਾਰ ਜਿਹਨੂੰ ਤੁਸੀਂ ਵੇਖਿਆ ਭੁੱਲਦੇ ਹੋ, ਬੋਲੋ ਨਾ ਗੁਰੂ ਕਿਸੇ ਨੂੰ, ਮੈਂ ਨਿਰਮਲ ਸਿੰਘ ਵੇਖਿਆ ਹੋਏ ਅਤੇ 50 ਸਾਲ ਨਾਲ ਮਿਲੇ, ਮਗਰ ਮੈਨੂੰ ਉਹਦੀ ਸੂਰਤ ਯਾਦ ਆ ਨਾ, ਪਤਾ ਲੱਗਾ। ਤਾਂ ਉਹ ਕਹਿੰਦੀ ਇੱਕ ਨਿਮਖ ਮਿਲਾਓ ਮੁਝੇ ਪ੍ਰਾਣ ਪਤੀ ਰੀ, ਸਾਰਾ ਕੁਝ ਦੇ ਦੂੰਗੀ। ਅਤੇ ਉਹਨੇ ਫਿਰ ਖੁਸ਼ ਹੋ ਕੇ ਆਖਿਆ ਮਾਣ ਤਾਣ ਅਬੁੱਧ ਹਤੀ ਰੀ, ਛੱਡਦੇ ਮਾਣ ਵੀ ਤਾਣ ਵੀ ਛੱਡਦੇ, ਹੰਕਾਰ ਵਾਲੀ ਬੁੱਧੀ ਵੀ ਛੱਡਦੇ, ਜਿੰਨੇ ਜਿੰਨੇ ਭੈਣਾਂ ਏ ਛੱਡੀ ਸਾ ਨਾਨਕ ਸੁਹਾਗ ਵਤੀ ਰੀ, ਬੋਲੋ ਹਾਂ ਮਤਲਬ ਕੀ ਬਣਿਆ, ਉਹੀ ਸੁਹਾਗਵਤੀ ਹੋ ਗਈ ਜਿਹਨੇ ਮਾਣ ਛੱਡਤਾ, ਜਿਹਨੇ ਤਾਣ ਛੱਡਤਾ, ਜਿਹਨੇ ਅਹੰਕਾਰ ਦੀ ਬੁੱਧੀ ਛੱਡਤੀ। ਉਹ ਐਵੇਂ ਨਹੀਂ ਨਿਕਲਣੀ, ਨਿਮਖ ਨਿਮਖ ਕਰ ਸਰੀਰ ਕਟਾਵੇ ਤੋਂ ਵੀ, ਇਹ ਤੇ ਤਾਂ ਹੀ ਹੋਣਾ ਹੈ ਵਾਹਿਗੁਰੂ ਦਾ ਜਾਪ ਕਰੋਗੇ। ਅੱਜ ਗੱਲ ਤਾਂ ਸੁਣ ਲਈ ਹੈ ਨਾ, ਬੋਲੋ ਜੀ ਹਜੂਰੀ ਵਾਲੇ ਵੀਰ ਵੀਰ ਨੇ ਗੱਲ ਸੁਣ ਲਈ ਆ ਵੀ ਮਾਣ ਛੱਡਣਾ ਪੈਣਾ ਹੈ, ਤਾਣ ਛੱਡਣਾ ਪੈਣਾ ਹੈ, ਅਹੰਬੁੱਧ ਹੰਕਾਰ ਵਾਲੀ ਬੁੱਧੀ ਛੱਡਣੀ ਪੈਣੀ ਆ। ਜਿੰਨੇ ਜਿੰਨੇ ਛੱਡਤੀ ਸਾ ਨਾਨਕ ਸੁਹਾਗ ਵਤੀ, ਐਵੇਂ ਨਹੀਂ ਵੀ ਅਖੰਡਪੁਰ ਸਾਹਿਬ ਦੀ ਲੜੀ ਚਲਾਤੀ ਕਿਲੇ ਵਿੱਚ ਅਤੇ ਤੁਸੀਂ ਸੁਹਾਗਣਾ ਬਣ ਗਈਆਂ, ਬੜਿਆਂ ਨੇ ਚਲਾਈਆਂ ਨੇ ਉੱਥੇ ਸਾਰੇ ਤੁਹਾਡੇ। ਸ਼੍ਰੋਮਣੀ ਅਕਾਲੀ ਦਲ ਦਾ ਇੱਕ ਪਾਠ ਹਰਿਮੰਦਰ ਵਿੱਚ ਚੱਲਦਾ ਹੀ ਰਹਿੰਦਾ ਹੈ, ਮਗਰ ਹੱਥੋਂ ਜੇ ਮੌਲੀ ਨਹੀਂ ਲੱਥੀ, ਉਂਗਲ ਵਿੱਚੋਂ ਪੱਥਰ ਦੀ ਮੁੰਦਰੀ ਨਹੀਂ ਨਿਕਲੀ ਤਾਂ ਨਿਸ਼ਾਨੀਆਂ ਵੀ ਸੁਹਾਗਣਾ ਨਹੀਂ ਬਣੀਆਂ। ਸੁਹਾਗਣਾ ਤਾਂ ਬਣੂਗੀਆਂ ਜੇ ਅੰਮ੍ਰਿਤ ਵੇਲੇ ਉੱਠ ਕੇ ਸ਼ਬਦੇ ਸਦਾ ਬਸੰਤ ਨਾਲ ਆਪਣਾ ਨਾਤਾ ਜੋੜੋਗੇ, ਸ਼ਬਦ ਦਾ ਜਾਪ ਕਰੋਗੇ, ਸਾ ਨਾਨਕ ਸੁਹਾਗ ਵਤੀ ਰੀ। ਮੇਰਾ ਸਾਹਿਬ ਕਹਿੰਦੇ ਸ਼ਬਦੇ ਸਦਾ ਬਸੰਤ ਹੈ, ਜਿਤ ਤਨ ਮਨ ਹਰਿਆ ਹੋਏ, ਨਾਨਕ ਨਾਮ ਨਾ ਵਿਸਰੇ ਜਿਨ ਸਿਰਿਆ,
ਸਭ ਕੋਈ ਜਿਹਨੇ ਸ੍ਰਿਸ਼ਟੀ ਪੈਦਾ ਕੀਤੀ ਆ ਉਹ ਨਾਮ ਨਾ ਭੁੱਲੋ। ਅੰਮ੍ਰਿਤ ਵੇਲੇ ਉੱਠੋ, ਇਸ਼ਨਾਨ ਕਰੋ ਰੋਜ਼, ਆਖੋ ਵਾਹਿਗੁਰੂ। ਇੱਕ ਵਾਰ ਮੈਨੂੰ ਆਪਾਂ ਪਰਿਵਾਰ ਵਾਂਗ ਬੈਠੇ ਹਾਂ, ਕਿਸੇ ਦਾ ਟੈਸਟ ਨਹੀਂ ਲੈ ਰਿਹਾ, ਧਿਆਨ ਦਿਓ ਕੌਣ ਕੌਣ ਉੱਠਦਾ ਤੁਹਾਡੇ 'ਚੋਂ ਅੰਮ੍ਰਿਤ ਵੇਲੇ। ਛਾਵਾ ਜਿੰਦੇ ਰਹੋ, ਫਿਰ ਤਾਂ ਬਠਿੰਡੇ ਵਾਲੇ ਬੜੀਆਂ ਵੋਟਾਂ ਐਵੇਂ ਨਾ ਕਰਦੇ ਹੋ, ਜਾਣਦਾ ਜੇ ਆਖੋ ਵਾਹਿਗੁਰੂ ਨਹੀਂ। ਹਾਂ ਹੱਥ ਖੜਾ ਕਰੋ ਨਾ, ਫਿਰ ਮੈਨੂੰ ਪਤਾ ਲੱਗੇ ਕਿੰਨੇ ਕੁ ਬੀਜ ਉੱਗਣ ਡਏ ਨੇ, ਅੱਜ ਨਹੀਂ ਤਾਂ ਕੱਲ੍ਹ ਮੇਰੇ ਬਾਗ ਦੀ ਖੇਤੀ ਗੁਲੇ ਗੁਲਜ਼ਾਰ ਹੋ ਜੂਗੀ। ਇੰਨੇ ਜੇ ਉੱਠਦੇ ਹਾਂ ਨਾ ਅੰਮ੍ਰਿਤ ਵੇਲੇ, ਤਾਂ ਸਾਡੀ ਕੌਮ ਨੂੰ ਕੋਈ ਨਹੀਂ ਮਾਰ ਸਕਦਾ। ਅੰਮ੍ਰਿਤ ਵੇਲੇ ਦੀ ਇੱਕ ਐਸੀ ਦਾਤ ਆ ਜਿੱਥੇ ਫਿਰ ਸ਼ਿਕਸ਼ਤ ਨਹੀਂ ਹੁੰਦੀ, ਸਦਾ ਜਿੱਤਾਂ ਹੀ ਹੁੰਦੀਆਂ ਨੇ, ਫਤਿਹ ਹੀ ਹੁੰਦੀ ਆ। ਹੋਰ ਜਿੰਨੀਆਂ ਮੇਰੀਆਂ ਭੈਣਾਂ ਨੇ ਹੱਥ ਖੜਾ ਨਹੀਂ ਕੀਤਾ, ਉਹਨਾਂ ਨੂੰ ਵੀ ਬੇਨਤੀ ਆ, ਗੁਰ ਸਤਿਗੁਰ ਕਾ ਜੋ ਕੀ ਕਰੇ। ਅਤੇ ਫਿਰ ਗੁਰੂ ਦਾ ਬਚਨ ਮੰਨੋ, ਸਵੇਰੇ ਉੱਠ ਕੇ ਵਾਹਿਗੁਰੂ ਦਾ ਨਾਮ ਜਪੋ। ਇਸ ਕੌਮ ਨੂੰ ਆਪਾਂ ਤਾਂ ਇੰਨਾ ਕੁ ਸਹਿਯੋਗ ਦੇ ਸਕਦੇ, ਆਪਾਂ ਲੜ ਨਹੀਂ ਸਕਦੇ, ਆਖੋ ਵਾਹਿਗੁਰੂ। ਆਪਾਂ ਦਾਨ ਪੁੰਨ ਇਹ ਸਾਰਿਆਂ ਤੋਂ ਉੱਤੇ ਉੱਠ ਕੇ ਜੇ ਕਿਤੇ ਨਾਮ ਜਪੀਏ ਤਾਂ ਕੌਮ 'ਚ ਨਵੀਂ ਨੁਹਾਰ ਨੁਹਾਰ ਵੇਖੇ ਜੀ। ਨੁਹਾਰ ਕਹਿੰਦੇ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਅਨੰਦਪੁਰ ਸਾਹਿਬ ਰਹਿੰਦੇ ਸੀ ਨਾ, ਅਤੇ ਕੌਮ ਦੇ ਉੱਤੇ ਇੱਕ ਨਵੀਂ ਨੁਹਾਰ ਆਈ ਸੀ। ਬੋਲੋ ਭਲਾ, ਨੁਹਾਰ ਮਣੇ ਦਿਖਣਾ ਸ਼ੁਰੂ ਹੋਈ ਕੌਮ ਨਵੀਂ ਨੁਹਾਰ 'ਚ। ਅਤੇ ਜਦੋਂ ਬਾਬਾ ਜਰਨੈਲ ਸਿੰਘ ਸਾਹਿਬ ਮੰਜੀ ਸਾਹਿਬ ਰਹਿੰਦੇ ਸੀ, ਕੌਮ ਦੇ ਉੱਤੇ ਇੱਕ ਨਵੀਂ ਨੁਹਾਰ ਆਈ, ਹਰ ਬੱਚੇ ਦੇ ਚਿਹਰੇ 'ਤੇ ਚਾਹ ਖੇੜੇ। ਜੇ ਅੱਜ ਤੁਸੀਂ ਵਾਹਿਗੁਰੂ ਦਾ ਨਾਮ ਜਪਣਾ ਸ਼ੁਰੂ ਕਰ ਦਿਉ, ਉਦਾਸ ਹੋ ਮੈਂ ਵੀ ਹਾਂ ਤੁਸੀਂ ਵੀ ਹੋ, ਵੀ ਕੌਮ ਦਾ ਬਣ ਕੀ ਰਿਹਾ, ਬੱਚਿਆਂ ਨੇ ਕੇਸ ਕਟਾ ਤੇ, ਕੁੜੀਆਂ ਨੇ ਕੇਸ ਕਟਾ ਤੇ, ਤਾਛਾਂ ਸ਼ਰਾਬਾਂ ਤੱਕ ਜ਼ਿੰਦਗੀ ਗਲ ਗਈ ਆ। ਜੇ ਨਵੀਂ ਨਿਹਾਰ ਲਾਉਣੀ ਚਾਹੁੰਦੇ ਹੋ ਤਾਂ ਗੁਰੂ ਕੇ ਸਿੱਖੋ, ਸਾਰੇ ਬਾਗ ਵਿੱਚ 5 ਬੂਟੇ ਵੀ ਹੋਣ ਨਾ, ਅਤੇ ਉਹਨਾਂ ਦੇ ਥੱਲੇ 500 ਬੰਦਾ ਛਾਂ ਮਾਣ ਲੈਂਦਾ ਹੈ। ਕੀ ਕਿਹਾ? 500 ਬੰਦਾ 5 ਬੂਟਿਆਂ ਦੇ ਥੱਲੇ। ਅਤੇ ਜੇ 5 ਕੁ ਬੂਟੇ ਵੀ ਤਿਆਰ ਕਰ ਲਈਏ, 500 ਬੂਟੇ ਤਿਆਰ ਕਰ ਲਈਏ, ਅਤੇ ਜਿਹੜੇ ਨਹੀਂ ਨਾਮ ਜਪਦੇ ਉਹ ਵੀ ਛਾਵੇਂ ਬਹਿ ਕੇ ਰੱਬ ਨੂੰ ਯਾਦ ਕਰ ਸਕਦੇ। ਗੁਰੂ ਰਹਿਮਤ ਕਰੇ, ਕੱਲ੍ਹ ਵਾਲੇ ਦੀਵਾਨ 'ਚ ਸਮੇਂ ਸਿਰ ਆਇਓ, 7:45 ਤੋਂ 9:45 ਵਜੇ ਤੱਕ ਦਾ ਟਾਈਮ ਆ। ਅੱਜ ਦਾ ਜ਼ਿਆਦਾ ਤਾਂ ਲੱਗ ਗਿਆ ਕਿਉਂਕਿ ਲੇਟ ਸ਼ੁਰੂ ਕੀਤਾ ਹੈ। ਮੇਰੀ ਉਹ ਧੀਓ, ਇੱਕ ਪਰ ਉਪਕਾਰ ਕਰੋਗੀਆਂ? ਬੋਲੋ, ਇੱਕ ਇੱਕ ਦੋ ਦੋ ਨੂੰ ਨਾਲ ਲਿਆਓਗੀਆਂ ਨਾ? ਸੱਚਮੁੱਚ ਪੈਸੇ ਨਹੀਂ ਮੰਗਦਾ ਤੁਹਾਡਾ ਭਰਾ ਤੁਹਾਡੇ ਕੋਲੋਂ, ਆਖੋ ਵਾਹਿਗੁਰੂ। ਕੋਈ ਭੇਟਾ ਨਹੀਂ ਮੰਗਦਾ, ਕੋਈ ਚੀਜ਼ ਨਹੀਂ ਮੰਗਦਾ, ਕੋਈ ਸਰੋਪਾ ਨਹੀਂ ਮੰਗਦਾ। ਕੌਮ ਨੂੰ ਬਚਾਉਣਾ ਹੈ, ਆਓ ਜੁੜ ਕੇ ਬੈਠੀਏ, ਵਾਹਿਗੁਰੂ ਦਾ ਨਾਮ ਜਪੀਏ, ਜਿਹਦੇ ਨਾਲ ਨਾਨਕ ਨਾਮ, ਨਾਨਕ ਨਾਮ, ਨਾਮ ਜਪਣ ਵਾਲੇ ਦੀ ਪ੍ਰਭ ਕੇ ਸਿਮਰਨ ਹੋਏ ਸੋ ਭਲਾ, ਪ੍ਰਭ ਕੇ ਸਿਮਰਨ ਸੁਫਲ, ਪ੍ਰਭ ਕੋ ਸਿਮਰੈ ਸੇ ਪਰ ਉਪਕਾਰੀ, ਪ੍ਰਭ ਕੋ ਸਿਮਰੈ ਦਿਨ ਸਦ ਬਲਹਾਰੀ। ਆਪਾਂ ਵਾਹਿਗੁਰੂ ਦਾ ਨਾਮ ਜਪੀਏ, ਹੋਰਨਾਂ ਨੂੰ ਪ੍ਰੇਰ ਕੇ ਜਿਸ ਤਰ੍ਹਾਂ ਕੱਢ ਕੇ ਲਿਆਈਦਾ ਨਾ ਕਿਸੇ ਨੂੰ ਘਰੋਂ। ਮੈਨੂੰ ਕਿਸੇ ਨੇ ਅੱਜ ਦੱਸਿਆ, ਫਲਾਣੇ ਡੇਰੇ ਵਾਲੇ ਜਿਹੜੇ ਆ ਨਾ, ਉਹ ਕਹਿੰਦੇ ਸਾਡੇ ਡੇਰੇ ਆ, ਉਹ ਕਿਰਾਇਆ ਅਸੀਂ ਦੇਣੇ, ਕਹਿੰਦੇ ਇਸ ਤਰ੍ਹਾਂ ਫਲਾਣੇ ਡੇਰੇ ਵਾਲੇ ਕਹਿੰਦੇ ਕਿਰਾਇਆ ਅਸੀਂ ਦੇਣੇ। ਤੁਸੀਂ ਇੱਕ ਵਾਰ ਆਓ ਤਾਂ ਸਹੀ, ਤੁਹਾਡਾ ਤਾਂ ਗੁਰੂ ਵੀ ਸੱਚਾ ਹੈ, ਤੁਸੀਂ ਕਿਉਂ ਨਹੀਂ ਕਹਿੰਦੇ ਭੈਣ ਜੀ ਇੱਕ ਵਾਰ ਆਣ ਕੇ ਅਤੇ ਵੇਖੋ ਗੁਰੂ ਨਾਨਕ ਸਾਹਿਬ ਦੇ ਘਰ, ਇੱਥੇ ਤਕਦੀਰਾਂ ਬਦਲ ਜਾਂਦੀਆਂ, ਭੁੱਲਾਂ ਨਾ ਚਤਾਰਨੀਆਂ, ਅਸੀਸ ਬਖਸ਼ੋ। ਸਮੇਂ ਸਿਰ ਕੱਲ੍ਹ ਆਇਓ, 3 ਦੀਵਾਨ ਨੇ, ਕੱਲ੍ਹ ਦਾ ਅਤੇ ਪਰਸੋਂ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿ